ਇਸ ਦੀ ਇੰਪੋਰਟੈਂਟ ਜਨਤਾ ਆਪਣਾ ਹੈਂਗਰ ਤੂੰ ਕਿੱਧਰ ਲਟਕਦਾ ਫਿਰਦਾ ਓਏ ਉਹ ਪਤੰਦਰੋ ਤੁਸੀਂ ਵੀ ਘਰੋਂ ਬਾਹਰ ਦੁਖੀ ਆ ਯਾਰ ਰੋਜ਼ ਹੀ ਆ ਜਾਂਦੇ ਮਾਡਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਲਾਟਰੀ ਪਿੰਡ ਦਾ ਪਰਸਨਲ ਡਾਕੀ ਅਸਲੀ ਨਾਮ ਕੀ ਹੈ ਕੀ ਗੱਲ ਉਹ ਡਿਊਟੀ ਲੱਗ ਗਈ ਵੀ ਤੜਕੇ ਲੈਟਰਿੰਗ ਜਾਂਦਿਆਂ ਨੂੰ ਗਿਣੋ ਤੇ ਸ਼ਾਮ ਨੂੰ ਪੈਗ ਲਾਉਂਦਿਆਂ ਨੂੰ ਮਿਲੋ ਡਿਊਟੀ ਦਾ ਤਾਂ ਕੀ ਹੈ ਜੀ ਡਿਊਟੀ ਦੇ ਵਿੱਚੋਂ ਹੀ ਡਿਊਟੀ ਨਿਕਲਦੀ ਹੈ ਜੀ ਹੈਂ ਇੱਕ ਡਿਊਟੀ ਕਹਿੰਦੀ ਤੂੰ ਮੈਨੂੰ ਕਰ ਦੂਜੀ ਕਹਿੰਦੀ ਮੈਂ ਮਰ ਜੂੰ ਤੇਰੇ ਬਿਨਾਂ ਤੀਜੀ ਡਿਊਟੀ ਦੀ ਵੱਖਰੀ ਫਰੈਂਡ ਰਿਕੁਐਸਟ ਆ ਜਾਂਦੀ ਹੈ ਜੀ ਹੈਂਗਰਾ ਮੈਨੂੰ ਮਾਟਰ ਪਹਿਲੇ ਘੁੱਟ ਲਾ ਕੇ ਆਇਆ ਲੱਗਦਾ ਪਰ ਕੱਚ ਕੋਈ ਗੱਲ ਨਹੀਂ ਜੀ ਹੋਰ ਲਵਾ ਦਿੰਦੇ ਹਾਂ ਕਿਹੜੀ ਲਿਆਵਾਂ ਜੀ ਮਾਫ ਕਰੋ ਮਿੱਤਰੋ ਨਾ ਮੈਂ ਪੀਆਂ ਤੇ ਨਾ ਮੈਂ ਪਿਆਵਾਂ ਕਿਸੇ ਨੂੰ ਮੇਰਾ ਇੱਥੇ ਕੀ ਮੋਮਬੱਤੀਆਂ ਲਾਉਣਾ ਹੈ ਮੈਂ ਜੀ ਦਰਅਸਲ ਛੇਤੀ ਦੇ ਬਈ ਗੁਰੂ ਘਰ ਗਿਆ ਸੀ ਉੱਥੇ ਦਿਸਿਆ ਹੀ ਕੋਈ ਨਹੀਂ ਤੁਸੀਂ ਸੋਚਿਆ ਹੋਣਾ ਵੀ ਪਿੰਡ ਨੂੰ ਕੀ ਸੱਪ ਸੁੰਘ ਗਿਆ ਉਹ ਮੈਂ ਨਹੀਂ ਕਿਸੇ ਨੂੰ ਸੁੰਘਿਆ ਉਹ ਤੈਨੂੰ ਨਹੀਂ ਕਿਹਾ ਸੱਪ ਦਰਅਸਲ ਜੀ ਲੋਕਾਂ ਨੂੰ ਮਿਲੇ ਬਿਨਾਂ ਔਰ ਉਹਨਾਂ ਨਾਲ ਗੱਲਾਂ ਕੀਤੇ ਬਿਨਾਂ ਮੇਰਾ ਤਾਂ ਟਾਈਮ ਨਹੀਂ ਲੰਘਦਾ ਜੀ ਤੁਰੇ ਫਿਰਦਿਆਂ ਇੱਧਰ ਰੌਣਕ ਜੀ ਦੀ ਸੀ ਇੱਧਰ ਨੂੰ ਆ ਗਿਆ ਜੀ ਸਾਡੇ ਪਿੰਡ ਵਾਲੇ ਤਾਂ ਗੁਰਦੁਆਰੇ ਸਾਲ ਛਮਾਹੀ ਜਾਂਦੇ ਆ ਜੀ ਆਥਣ ਵੇਲੇ ਟੀਵੀ ਦੀ ਮਕਾਨ ਭਰਦੇ ਆ ਤੇ ਆ ਲਾਟਰੀ ਵਰਗੇ ਆ ਜਿਹੜੇ ਇੱਥੇ ਖੜਾ ਲਾਉਂਦੇ ਸ਼ਾਮ ਨੂੰ ਐ ਕਰੋ ਫਿਰ ਮਿੱਤਰ ਪਿਆਰਿਓ ਇੱਕ ਕੱਪ ਚਾਹ ਦਾ ਪਿਓ ਸਰ ਚਾਹ ਨਾ ਪੀਏ ਤੇ ਨਾ ਪਿਆਈਏ ਚਾਹ ਤਾਂ ਹੈ ਨਹੀਂ ਜੀ ਉਹ ਹੈ ਜੀ ਉਹ ਕੱਲ ਸਕੂਟਰ ਚੱਕਿਆ ਗਿਆ ਉਹ ਦੇਖ ਲਓ ਅੱਜ ਸਾਈਕਲ ਚੱਕਿਆ ਗਿਆ ਉਹ ਮੈਂ ਲੁੱਟਿਆ ਗਿਆ ਉਹ ਤੂੰ ਘਰ ਨੂੰ ਜਾ ਸੱਪ ਮੈਂ ਆਪੇ ਲੱਭ ਦੂੰ ਪਰ ਰੁਪਈਆ 100 ਲੱਗੂ ਸਮਾਨ ਚੋਰੀ ਕਰਵਾਤਾ ਬਾਅਦ ਚ ਉਹੀ ਚੋਰੀ ਦਾ ਸਮਾਨ ਦੱਸਣ ਦੇ ਵਿੱਚ ਮੋਟੀ ਫੀਸ ਲਾਤੀ ਅਗਲੇ ਨੂੰ ਨਾਈਸ ਵੈਰੀ ਨਾਈਸ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਾਟਰੀ ਕੀ ਕਹਿ ਗਿਆ ਇਹ ਮਤਲਬ ਕਹਿੰਦਾ ਵੀ ਕਹਿੰਦਾ 100 ਰੁਪਿਆ ਫੀਸ ਘੱਟ ਹੈ ਰੇਟ ਚੱਕ ਲੋ ਓਕੇ ਜੀ ਥੈਂਕ ਯੂ ਬਸ ਨੋਟੀ ਸਰ ਜੀ ਅੱਗ ਲੱਗੀ ਭਈਆ ਸਬਜ਼ੀ ਮੰਡੀ ਚ ਤਾਂ ਓਹੋ ਕੀ ਹੋ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਜ਼ਿਆਦਾ ਓ ਨਾ ਸਰ ਜੀ ਉਹ ਵਾਲੀ ਨਹੀਂ ਮੰਗਿਆਈ ਵਾਲੀ ਕੀ ਰੌਲਾ ਪਾਇਆ ਤੁਸੀਂ ਓਏ ਤੁਹਾਡੇ ਮਾਸਟਰ ਜੀ ਕਿੱਥੇ ਆ ਚਲੋ ਬੈਠੋ ਇੱਥੇ ਨੇ ਕਿੱਦਾਂ ਗੁਰਮੁਖ ਜੀ ਅੱਜ ਭੁੰਜਈ ਆਸਣ ਲਾਇਆ ਸੁੱਖ ਤਾਂ ਹੈ ਪੁੱਲਰ ਸਾਹਿਬ ਬਾਬਾ ਜੀ ਕਹਿ ਗਏ ਸੀ ਨਿਵੇਂ ਸੋ ਗੌੜਾ ਹੋਏ ਸੋ ਕਦੇ ਕਦੇ ਬਾਬਾ ਜੀ ਦੀ ਮੰਨ ਲਈਦੀ ਹੈ ਫੜ ਲਓ ਸਰ ਜੀ ਪਾਪਾ ਚੰਡੀਗੜ੍ਹ ਤੋਂ ਸਸਤੀ ਬੋਤਲ ਲੈ ਕੇ ਆਏ ਸੀ ਲੈ ਜਿਓ ਚੁੱਪ ਕਰੇ ਮੈਂ ਜ਼ਰਾ ਚੱਕੀ ਤੋਂ ਆਟਾ ਚੁੱਕ ਲਿਆ ਵਾ ਤੁਸੀਂ 2 ਮਿੰਟ ਇਹਨਾਂ ਨਾਲ ਭੰਬਾ ਭੋ ਖੇਡੋ ਬਸ ਮੈਂ ਕਿਹਾ ਤੇ ਆਇਆ ਠੀਕ ਹੈ ਠੀਕ ਧਿਆਨ ਰੱਖਿਓ ਓਏ ਆ ਫੜ ਲਓ ਸਰ ਜੀ ਕੀ ਹੁੰਦਾ ਸਰ ਜੀ ਫੜ ਲਓ ਜ਼ਿਆਦਾ ਮਾਰ ਦੇਣ ਜੀ ਪੁੱਤ ਕਦੇ ਟੀਚਰਸ ਦੇ ਪੁੱਠੇ ਨਾਂ ਨਹੀਂ ਲਈਦੇ ਠੀਕ ਹੈ ਸਰ ਇਹਨਾਂ ਦੇ ਕਿਹੜੇ ਸਿੱਧੇ ਨਾਮ ਨੇ ਆ ਪੈਟਰੋਲ ਹੈ ਆ ਦੁੱਖ ਦੇਣਾ ਤੇ ਆ ਫਿਊਜ਼ ਹੈ ਮੈਡਮ ਜਿੱਥੇ ਕੋਈ ਚੀਜ਼ ਗਲਤ ਹੈ ਉਹਨੂੰ ਸਹੀ ਥਾਂ ਤੇ ਲੈ ਕੇ ਆਉਣਾ ਸਾਡਾ ਟੀਚਰਸ ਦਾ ਧਰਮ ਹੈ ਜੇ ਇਹਨਾਂ ਬੱਚਿਆਂ ਨੂੰ ਇੱਕ ਦੂਸਰੇ ਦੇ ਨਾਂ ਹੀ ਨਹੀਂ ਪਤਾ ਹੋਣਗੇ ਤਾਂ ਫਿਰ ਇਹਨਾਂ ਨੂੰ ਭਾਈ ਜੈਤਾ ਜੀ ਭਾਈ ਤਾਰੂ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਕਨਈਆ ਜੀ ਬੰਦਾ ਬਹਾਦਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀਵਾਨ ਟੋਡਰਮਾਲ ਪੀਰ ਬੁੱਧੂ ਸ਼ਾਹ ਇਹਨਾਂ ਦੇ ਨਾਮ ਕੌਣ ਦੱਸੇਗਾ ਸੋ ਮੈਮ ਸਿਖਾਉਣ ਵਾਸਤੇ ਸਿੱਖਣਾ ਪੈਣਾ ਵਿਦਿਆ ਵਿਚਾਰੀ ਤੱਪਾ ਰੂਪਕਾਰੀ ਬੱਚਿਓ ਇਹ ਬਾਬੇ ਗੁਰੂ ਨਾਨਕ ਦੀ ਬਾਣੀ ਹੈ ਤੇ ਗੁਰਬਾਣੀ ਸਾਨੂੰ ਰਸਤਾ ਦੱਸਦੀ ਹੈ ਕਿ ਕਿੱਧਰ ਜਾਣਾ ਔਰ ਕਿੱਧਰ ਨਹੀਂ ਜਾਣਾ ਔਰ ਬਾਬੇ ਦੇ ਦਰ ਤੋਂ ਅਸੀਂ ਜੋ ਵੀ ਸੱਚੇ ਮਨੋਂ ਮੰਗਦੇ ਹਾਂ ਨਾ ਬੱਚੇ ਉਹ ਸਾਨੂੰ ਮਿਲ ਜਾਂਦਾ ਅੱਛਾ ਸਰ ਜੀ ਜੋ ਮੰਗੋ ਉਹੀ ਮਿਲ ਜਾਂਦਾ ਸੱਚੇ ਮਨੋਂ ਮੰਗਾਂਗੇ ਜ਼ਰੂਰ ਮਿਲਦਾ ਸਰ ਜੀ ਜੇ ਮੰਗੇ ਮੈਥ ਨਾ ਪੜਾਇਆ ਜਾਵੇ ਤਾਂ ਬਣ ਜੂ ਗੱਲ ਆਪਾਂ ਇਹ ਕਿਉਂ ਮੰਗਣਾ ਬੱਚੇ ਕਿ ਮੈਥਸ ਨਾ ਪੜਾਇਆ ਜਾਏ ਸਾਨੂੰ ਆਪਾਂ ਇਹ ਕਿਉਂ ਨਹੀਂ ਮੰਗਦੇ ਕਿ ਬਾਬਾ ਜੀ ਮੈਨੂੰ ਮੈਥ ਸਮਝ ਆ ਜਾਏ
ਇਸੇ ਗੱਲ ਦਾ ਤਰੌਲਾ ਬੱਚੇ ਕਿ ਸਾਨੂੰ ਮੰਗਣਾ ਹੀ ਨਹੀਂ ਆਉਂਦਾ। ਗੁੱਡੀ ਤੂੰ ਬਹੁਤ ਚੁੱਪ ਕਰਕੇ ਬੈਠੀ ਹੈ ਪੁੱਤ, ਨਾ ਤੂੰ ਮਨ ਨਾਲ ਖੇਡੀ ਹੈ, ਕਿਸੇ ਨਾਲ ਗੱਲ ਵੀ ਨਹੀਂ ਕਰਦੀ। ਹੈਂ, ਕੀ ਨਾਂ ਹੈ ਤੇਰਾ? ਸਰ ਜੀ ਇਹ ਤਾਂ ਨਾ ਹੀ ਫਿਊਜ਼ ਹੈ, ਇਹਨੇ ਕੀ ਬੋਲਣਾ? ਤੇਰੇ 'ਚ ਜ਼ਿਆਦਾ ਕਰੰਟ ਲੱਗਦਾ ਪੁੱਤ ਮੈਨੂੰ। ਹੈਂ, ਤੂੰ ਚੁੱਪ ਕਰਕੇ ਨਹੀਂ ਬਹਿੰਦਾ? ਸਰ ਜੀ ਤਾਂ ਹੀ ਤੈਨੂੰ ਪੈਟਰੋਲ ਕਹਿੰਦੇ ਆ। ਕੀ ਨਾਂ ਹੈ ਮੇਰੇ ਪੁੱਤ ਦਾ? ਜੀ ਜੋਤੀ। ਪੋਤੀ ਇਜ਼ ਅ ਖੂਬਸੂਰਤ ਜੋਤੀ। ਜੇ ਬੇਬੇ ਦੇ ਘਰ ਹੋ ਗਈ ਨਾ ਪੋਤੀ, ਆਪਾਂ ਉਹਦਾ ਨਾਂ ਹੀ ਰੱਖ ਦੇਣਾ ਜੋਤੀ। ਬਹੁਤ ਸੋਹਣਾ ਨਾਂ ਹੈ ਪੁੱਤ। ਜੋਤੀ ਮਤਲਬ ਰੋਸ਼ਨੀ, ਚਾਨਣ। ਤੂੰ ਹਨੇਰਿਆਂ ਨੂੰ ਦੂਰ ਕਰੇਂਗੀ ਪੁੱਤ। ਸਰ ਮੈਂ ਕਿਸ ਦਿਨ ਤੋਂ ਅਰਦਾਸ ਸ਼ੁਰੂ ਕਰ ਸਕਦਾ ਜੀ? ਤੂੰ ਕਾਹਦੀ ਅਰਦਾਸ ਸ਼ੁਰੂ ਕਰਨੀ ਹੈ ਬਈ? ਸੀਕ੍ਰੇਟ ਆ ਜੀ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਸੋ ਪੁੱਤ, ਅਗਰ ਅਸੀਂ ਅਰਦਾਸ ਲਈ, ਪੜ੍ਹਾਈ ਲਈ ਕਿਸੇ ਖਾਸ ਸਮੇਂ ਦਾ ਇੰਤਜ਼ਾਰ ਕਰੀ ਜਾਵਾਂਗੇ ਨਾ, ਉਹ ਫਿਰ ਕਦੇ ਹੋ ਹੀ ਨਹੀਂ ਸਕਦਾ। ਕਹਿੰਦੇ ਆ ਨਾ, ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੈਂ ਪਰਲੈ ਹੋਏਗੀ, ਫਿਰ ਕਰੋਗੇ ਕਬ? ਉਹ ਕਦੋਂ ਬਾਸਮਤੀ ਪਈ ਆ ਕਾਲੀਆਂ ਵਿੱਚ? ਉਹ ਪਿਰਥੀ ਆਈ ਆ ਸੌਦਾ ਪੱਤਾ ਤੋਲ ਕੇ ਦਾ। ਠੀਕ ਹੈ ਬਾਈ, ਕਮਾਲ ਆ ਮਾਸਟਰ ਜੀ, ਪਹਿਲੀ ਵਾਰ ਕਿਸੇ ਨੂੰ ਗੁਰਮੁਖੀ ਦੀ ਪਰਚੀ ਲਿਖ ਕੇ ਦਿੱਤੀ ਹੈ। ਮਹੀ ਦਾ ਇੱਥੋਂ ਪੰਜਵੀਂ ਫੇਲ ਵੀ ਅੰਗਰੇਜ਼ੀ ਦੀ ਘੋਲ ਕੰਦੇ ਮਾਲ ਕੇ ਲਿਆਉਂਦੇ ਆ। ਓ ਬੋਦੀ ਭੌਂਕਣਾ, ਤੂੰ ਫੀਸਾਂ ਭਰਦੇ ਰਹੇ ਮੇਰੀਆਂ, ਪੰਜਵੀਂ ਫੇਲ ਨਾਲੇ ਪਾਸ। ਉਹ ਤਾਂ ਜੱਟਾਂ ਦੀਆਂ ਜੜਾਂ 'ਚ ਸਰਕਾਰ ਬਹਿ ਗਈ, ਜਿਹੜੀਆਂ ਤੇਰੇ ਵਰਗੀਆਂ ਲੰਡੀਆਂ ਬੁੱਚੀਆਂ ਸਾਨੂੰ ਛੇਡਾਂ ਕਰਨ ਲੱਗ ਗਈਆਂ। ਲੱਗ ਗਿਆ ਤਾਂ ਉਹ ਤੁਹਾਨੂੰ ਥੋੜ੍ਹੀ ਕਿਹਾ ਸੋਹੀ ਸਾਹਿਬ, ਗੁੱਸਾ ਨਾ ਕਰਿਓ ਗੱਲ ਹੈ। ਸਾਹਿਬ ਨੂੰ ਮੈਂ ਪੌਂਡ ਮੰਗਲੇ ਤੇ ਤੁਰਿਸ਼ ਬੱਚਾ ਸਾਹਿਬ, ਪਤਾ ਕੌਣ ਹੁੰਦਾ ਸਾਹਿਬ? ਜਿਹੜੇ ਰੱਬ ਨੇ ਸਪੈਸ਼ਲ ਕੋਟੇ 'ਚ ਪੜਾਏ ਹੁੰਦੇ ਆ ਉਹ ਹੁੰਦੇ ਆ। ਸ਼ੰਭੂ ਜੀ ਮੈਂ ਬਿਲਕੁਲ ਸਹੀ ਕਿਹਾ ਸਰਦਾਰ ਜੀ, ਤੁਸੀਂ ਸਹੀ ਟੱਟੂ ਕਿਹਾ। ਨਾਲੇ ਸਰਦਾਰੀਆਂ ਕਾਹਦੀਆਂ? ਬੈਂਕ ਵਾਲੇ ਰੋਜ਼ ਸਾਡੇ ਘਰੇ ਆ ਕੇ ਸਾਡੀਆਂ ਸਰਦਾਰੀਆਂ ਲੀਰੋ ਲੀਰ ਕਰਦੇ ਆ। ਦਾਦਾ ਸਰ ਇਹਦੇ ਕੁੜੀ ਦੇ ਵਿਆਹ 'ਤੇ ਕਰਜ਼ਾ ਚੁੱਕਿਆ ਸੀ, ਕਹਿੰਦਾ ਕਿ ਗੁਆਂਢੀਆਂ ਨੇ ਬੰਬੂ ਕਰ ਦਿੱਤਾ, ਮੈਂ ਕਾਰ ਦਿਉਂ। ਹੁਣ ਗੁਆਂਢੀ ਤਾਂ ਹੈਲੀਕਾਪਟਰ ਦੇਣਗੇ, ਬਈ ਤੂੰ ਆਪਣੀ ਕੁੜੀ ਨੂੰ ਹਵਾਈ ਜਹਾਜ਼ ਦੇਂਗਾ ਲਫਤਾਂਸ ਵਾਲਾ? ਗੁੱਸਾ ਨਾ ਕਰੀਂ ਗੱਲ ਇੱਕ। ਤੂੰ ਐਂ ਕਰ, ਇਹਨੂੰ ਇਹ ਵੀ ਦੱਸ ਦੇ ਬਈ ਮੇਰੇ ਮੁੰਡੇ ਦਾ ਰਿਸ਼ਤਾ ਟੁੱਟ ਗਿਆ, ਜੇ ਤੇਰਾ ਫਿਰ ਵੀ ਨਹੀਂ ਸਰਦਾ ਫਿਰ ਗੱਲ 'ਚ ਢੋਲ ਪਾ ਲੈ। ਐਂ ਕਰ, ਗੁਰਦੁਆਰੇ ਜਾ ਕੇ ਨਾ ਅਨਾਊਂਸਮੈਂਟ ਕਰਾ ਦੇ, ਠੀਕ ਹੈ? ਹਾਂ ਹੈਲੋ ਭੌਂਕ, ਮੈਂ ਬੋਧੀ ਰਾਮ ਦੀ ਬੋਧੀ ਪੱਟ ਰਿਹਾ, ਕਰਿਆ ਕਿ ਤੇਰੇ ਗੁੱਤ ਪੱਟੂਗਾ। ਹੁਣ ਤੂੰ ਮੇਰੀ ਸ਼ਕਲ ਦੇਖ ਕੇ ਵਰਤ ਤੋੜਨੇ ਨਾ, ਘਰੋਂ ਨਹੀਂ ਨਿਕਲ। ਮਾਤਾ ਦੀ ਪਹਾੜਾਂ ਵਾਲੀਏ, ਐਡਾ ਵੱਡਾ ਰੰਗ ਨੰਬਰ ਦਾਦਾ ਦੀ, ਗੁੱਸਾ ਨਾ ਕਰੀ ਗੱਲ ਦਾ ਇੱਕ। ਇਹ ਕੀ ਕੇਸ ਹੈ ਜੀ? ਬਸ ਜੀ ਕੇਸ ਵਿਗੜੇ ਹੀ ਸਮਝੋ, ਕਰਜ਼ੇ ਕੁਰਜ਼ਿਆਂ ਦੀ ਗੱਲ ਤਾਂ ਮੈਂ ਤੁਹਾਨੂੰ ਸਮਝਾਈ ਦਿੱਤੀ ਸੀ। ਇਹਦੇ ਮੁੰਡੇ ਦਾ ਰਿਸ਼ਤਾ ਹੋਇਆ ਸੀ ਨਾਲ ਦੇ ਪਿੰਡ ਦੇ ਸ਼ਮਸ਼ੇਰ ਬੈਕੀ ਦੀ ਕੁੜੀ ਦੇ ਨਾਲ। ਪਹਿਲਾਂ ਤਾਂ ਉਹਦੇ ਕੋਲ ਵੀ ਇਹਦੇ ਜਿੰਨੀ ਜ਼ਮੀਨ ਸੀ, ਬਾਅਦ 'ਚ ਉਹਦਾ ਲੱਗਿਆ ਸਹੀ ਨੰਬਰ, ਚਿੱਟਾ ਵੇਚ ਵੇਚ ਕੇ ਕਾਲਾ ਧਨ ਕਮਾ ਲਿਆ, ਉਹਨੇ ਫਿਰ ਰਿਸ਼ਤਾ ਤੋੜਤਾ। ਬਸ ਤੁਸੀਂ ਇਹ ਸਮਝੋ ਵੀ ਸੋਹੀ ਸਾਹਿਬ ਨੇ ਜਿੰਨੇ ਨੰਬਰ ਵੀ ਲਾਏ ਨੇ ਬਸ ਰੋਂਗ ਨੰਬਰ ਹੀ ਲਾਏ। ਨਾਨਕ ਦੁਖੀਆ ਸਭ ਸੰਸਾਰ। ਕਿੰਨੇ ਹੋਏ ਲਾਲਾ ਜੀ? 235 ਹੋ ਗਏ ਜੀ, ਕੋਈ ਨਹੀਂ ਬਾਅਦ 'ਚ ਆ ਜਾਣਗੇ, ਲਿਖ ਲਾਂਗੇ। ਨਹੀਂ ਨਹੀਂ, ਤੁਸੀਂ ਉਹ ਲਿਖ ਕੇ ਲਾਇਆ ਹੋਇਆ ਨਾ, ਅੱਜ ਨਗਦ ਕੱਲ ਉਧਾਰ। ਉਹ ਲਿਖੇ ਤੇ ਅੱਜ ਕੱਲ ਕੌਣ ਅਮਲ ਕਰਦਾ ਜੀ ਭਲਾ? ਵੈਸੇ ਕਰਨਾ ਚਾਹੀਦਾ ਅਮਲ, ਲਿਖੇ ਹੋਏ ਤੇ ਚਾਹੇ ਉਹ ਗੀਤਾ 'ਚ ਲਿਖਿਆ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਵੇ, ਅਮਲ ਤਾਂ ਕਰਨਾ ਚਾਹੀਦਾ। ਵੈਸੇ ਹੁਣ ਮੇਰੇ 15 ਰੁਪਏ ਨਿਕਲਦੇ ਜੀ ਤੁਹਾਡੇ ਵੱਲ। ਕੋਈ ਨੀ, ਉਹ ਫਿਰ ਸਾਡੇ ਵੱਲ ਲਿਖ ਦਿਓ। ਲਓ ਫਿਰ ਖੁਸ਼ੀ ਇੱਕ ਸੈਲਫੀ ਕਰੀਏ, ਆਪਾਂ ਫੇਸਬੁੱਕ ਉੱਤੇ ਡਾਊਨਲੋਡ ਕਰਾਂਗੇ। ਸੱਪ ਦਾ ਸਾਈਕਲ ਮਿਲਣ ਤੋਂ ਬਾਅਦ ਵਿਦ ਹੈਂਗਰ ਐਕਸਾਈਟਿਡ ਫੀਲਿੰਗ ਲਪਾਤਾ ਫੇਸ ਮੇਰੇ ਸਕੇ ਯਾਰ, ਹੈਂਗਰ ਲਾਟਰੀ ਜਿੰਦਾਬਾਦ ਜਿੰਦਾਬਾਦ। ਲਫਾਫੇ 'ਚ ਕੀ ਆ ਓਏ? ਓਏ ਤਾਂ ਫਿਸ਼ ਫਾਰ ਵਾਈਫ ਆ ਭਾਬੀ ਲਈ, ਫਿਸ਼ ਭਾਬੀ ਲਈ। ਵੈਰੀ ਗੁੱਡ, ਵੈਰੀ ਨਾਈਸ ਹਸਬੈਂਡ। ਸੱਪ ਸੱਪ ਬੈਠ ਬੈਠ ਲਪੜਿਆ ਗਲਾਸੀ ਓਏ, ਦੋ ਚੀਜ਼ਾਂ ਜੱਟ ਮੰਗਦਾ, ਜੱਟ ਮੰਗਦਾ ਫਾ, ਜੱਟ ਮੰਗਦਾ ਸਲਫਾਸ, ਜੱਟ ਮੰਗਦਾ ਦਿਸ ਐਂਡ ਦੈਟ। ਹੁਣ ਹੁਣ ਜਾਂ ਬੈਂਕ ਵਾਲੇ ਨੀ ਜਾਂ ਫਿਰ ਮੈਂ ਨੀ, ਟਰੈਕਟਰ ਚੱਕਣੂ ਫਿਰਦਿਆ ਯਾਰ ਜੱਟ ਦਾ ਹੱਥ ਲਾ ਕੇ ਦਿਖਾਉਣ, ਜੇ ਦਿੱਲੀ ਦੀਆਂ ਕੁਰਸੀਆਂ ਨਾ ਪਲਟਾ ਕੇ ਰੱਖਦਿਆਂ। ਹੈਂਗਰ ਲਿਆ ਵੀ ਮਿੱਤਰ ਪਿਆਰਿਆ, ਚਾਹ ਦਾ ਕੱਪ ਆ ਇੱਕ। ਚਾਹ ਕਿੱਥੇ? ਇੱਥੇ। ਸੋਹੀ ਸਾਹਿਬ, ਮੈਂ ਸਵੇਰੇ ਚਾਹ ਦਾ ਸਮਾਨ ਦੇ ਗਿਆ ਸੀ। ਸੋਹੀ ਸਾਹਿਬ ਭੁੱਖੋ ਭੁੱਖੋ, ਸੋਹੀ ਦੇ ਜ਼ਖਮਾਂ ਦੇ ਨੂਣ, ਉਹ ਕਿਸਮਤ ਦੀ ਮਾੜੀ ਲਿਖਦੀ ਪੈਰੀ ਰੱਬ ਨੇ। ਲਓ ਦੱਸੋ ਜੀ, ਰੱਬ ਹੁਣ ਇੰਨਾ ਵਿਹਲਾ ਵੀ ਬਹਿ ਕੇ ਕਿਸਮਤਾਂ ਲਿਖਦਾ ਫਿਰ? ਇਹ ਤਾਂ ਬੰਦੇ ਦੇ ਆਪਣੇ ਕੰਮ ਤੇ ਬੰਦੇ ਦੇ ਫੈਸਲੇ, ਉਹੀ ਲਾਈਫ ਦੇ ਵਿੱਚ ਟ੍ਰੈਜਡੀ ਤੇ ਲਾਫਟਰ ਲਿਖਦੇ ਨੇ।
ਜਾ ਲਓ ਜੀ। ਸ਼ੁਕਰੀਆ ਜੀ, ਸ਼ੁਕਰੀਆ, ਬਸ ਠੀਕ ਹੈ ਠੀਕ ਹੈ ਠੀਕ ਹੈ। ਵੈਸੇ ਲਾਟਰੀ ਤੂੰ ਵੀ ਨਾ ਸਰਕਾਰ ਦੀ ਤਨਖਾਹ ਐਵੇਂ ਹੀ ਕੁੱਟੀ ਜਾਂਦਾ, ਤੈਨੂੰ ਮੈਂ ਦੱਸਾਂ ਚਿੱਠੀਆਂ ਤੇ ਅੱਜ ਕੱਲ ਲਿਖਦਾ ਕੋਈ ਨੀ ਸਾਮਕਾ, ਹੁਣ ਤਾਂ ਚਿੱਠੀਆਂ ਵੱਧ ਆਉਂਦੀਆਂ, ਬਿਜਲੀ ਪਾਣੀ ਫੋਨਾਂ ਦੇ ਬਿੱਲ ਡਾਕ ਰਾਹੀਂ, ਬੀਮੇ ਦੀਆਂ ਚਿੱਠੀਆਂ, ਬੈਂਕਾਂ ਬੂੰਕਾਂ ਦੀਆਂ, ਬੈਂਕਾਂ ਬੂੰਕਾਂ ਮੁਰਦਾਬਾਦ, ਬੈਂਕ ਦੀ ਚਿੱਠੀ, ਹਾਏ ਹਾਏ। ਚਾਚਾ ਟੱਕ ਗਿਆ ਰਹਿ ਯਾਰ, ਇੱਥੇ ਸਾਡੀ ਪਰਸਨਲ ਗੱਲ ਚੱਲ ਰਹੀ ਹੈ। ਮਾਟੀ ਮੁੜਿਆ, ਇੱਕ ਹੋਰ ਚਿੱਠੀ ਆਉਂਦੀ ਹੈ, ਉਹਦੇ ਲਿਖਿਆ ਹੁੰਦਾ ਟੂ ਸਤਨਾਮ ਵਾਹਿਗੁਰੂ। ਫਰੋਮ ਵਾਲੇ ਦਾ ਨਾਂ ਪਤਾ ਹੀ ਨਹੀਂ ਹੁੰਦਾ ਉੱਥੇ ਯਾਰ, ਫਰੋਮ ਸਤਨਾਮ ਵਾਹਿਗੁਰੂ। ਅੱਛਾ ਕੀ ਕਰਦਾ ਉਸ ਚਿੱਠੀ ਦਾ ਲਾਟਰੀ? ਕਰਨਾ ਕੀ ਹੈ, ਪੀਪਾ ਜਿਹਾ ਲਾਇਆ ਹੋਇਆ, ਕੁੜੀ ਪਾ ਕੇ ਰੱਖ ਦੇ ਬਸ। ਕਦੇ ਉਹ ਚਿੱਠੀ ਪੜ੍ਹ ਕੇ ਨਹੀਂ ਦੇਖੀ ਕੀ ਲਿਖਿਆ ਹੁੰਦਾ ਉਹਦੇ ਚ? ਇਮਾਨਦਾਰ ਹੈ ਲਾਟਰੀ ਭਾਈ ਸਾਹਿਬ, ਗਲਤ ਕੰਮ ਨਹੀਂ ਕਰਦਾ। ਉਹ ਬੇੜਾ ਬਹਿ ਗਿਆ ਉਹ ਕਿਸੇ ਦਾ, ਅੱਜ ਮੇਰੀ ਮੱਛੀ ਲੈ ਗਿਆ ਕੋਈ ਚੱਕ ਕੇ। ਉਹ ਦੇਖ ਲੋ ਤੁਹਾਨੂੰ ਆਪਣੇ ਜੀਜੇ ਦਾ ਰੋਜ਼ ਕੋਈ ਸਮਾਨ ਚੱਕ ਕੇ ਲੈ ਜਾਂਦਾ। ਲੱਭ ਜੂ ਕਰੀ ਲਾਟਰੀ, ਦੇਖ ਲੋ ਤੁਹਾਨੂੰ ਮੈਂ। ਇਮਾਨਦਾਰੀ ਵਾਲੇ ਨਾਰੇ ਤਾਂ ਬਹੁਤ ਦੇਰ ਦੇ ਸੁਣਦਾ ਮੈਂ, ਹੁਣ ਤੂੰ ਤੇ ਹੈਂਗਰ ਸੱਪ ਨੂੰ ਡਸਣਾ ਬੰਦ ਕਰ ਦੇ। ਚੰਗਾ ਜੀ ਚੰਗਾ ਜੀ। ਆਓ ਮਤਲਬ ਵੀ ਮੈਂ ਸਮਝ ਨਹੀਂ ਮਾਸਟਰ ਕੀ ਕਹਿਗਾ ਜਾਂਦਾ। ਦੱਸ ਇਹਨੂੰ। ਉਹੀ ਕਹਿੰਦਾ ਰੇਟ ਚੱਕ ਦਿਓ ਸੱਪ ਦਾ ਸਮਾਨ ਲੱਭਣ ਦਾ, ਐ ਨਹੀਂ ਸੁਧਰਨਾ ਸੱਪ ਨੇ। ਅੱਛਾ ਮੈਨੂੰ ਲੱਗਦਾ ਮਾਸਟਰ ਦਾ ਹੀ ਕਾਰਾ ਕੀਤਾ। ਯੈਸ ਯੈਸ ਠੀਕ ਹੈ। ਓ ਮਾਸਟਰ, ਓ ਤੂੰ ਮੇਰੀ ਘਰਾਂ ਦੀ ਮੱਛੀ ਖਾ ਗਿਆ। ਇਹ ਕਿਹੜਾ ਸੀ ਉਹ ਧੂੜ ਦਾ ਫੁੱਫੜ? ਉਹ ਸਰ ਜੀ ਸ਼ਮਸ਼ੇਰ ਬ੍ਰਾਂਡ ਸੀਗਾ, ਬਲੈਕੀਆ। ਮੈਂ ਪੜਦਾ ਬਾਪੂ ਜੀ ਆ ਜਿਹੜੇ। ਓ ਤੀਰਿਆ, ਤੂੰ ਪੜ ਕੇ ਡੀਸੀ ਲੱਗਣਾ, ਕੰਮ ਕਾਰ ਨਾ ਕਰੀ, ਸਾਲਿਆਂ ਦੇ ਹੱਡ ਹਰਾਮੀ ਹੋਏ ਹੋਏ ਨੇ। ਪੁੱਤ ਮੈਂ ਤੈਨੂੰ ਸਾਰੀ ਰਾਤ ਡੀਕਦਾ ਰਿਹਾ, ਤੂੰ ਕਿੱਥੇ ਸੀ ਸੇਰਿਆ? ਸ਼ਮਸ਼ੇਰ ਬ੍ਰਾਂਡ ਆ ਮੈਂ, ਦੁੱਧ ਚੁੰਘਦਾ ਜਵਾਕ ਨਹੀਂ, ਨਾਲੇ ਜ਼ਰੂਰੀ ਨਹੀਂ ਮੇਰੀ ਹਰ ਗੱਲ ਦਾ ਤੁਹਾਨੂੰ ਪਤਾ ਹੋਵੇ। ਪਿੰਕੀਏ, ਓ ਪਿੰਕੀਏ। ਡੈਡ ਪਿੰਕੂ ਨਾ ਆਇਆ ਮੇਰਾ। ਬਾਪ ਆ ਤੇਰਾ, ਕੁਛ ਵੀ ਕਹਿ ਸਕਦਾ। ਓ ਤੂੰ ਕਾਲਜ ਨਹੀਂ ਗਿਆ ਅੱਜ? ਡੈਡ ਪਾਰਟੀ ਸੀ ਰਾਤੀ ਮੇਰੇ ਫਰੈਂਡ ਦੀ, ਉੱਥੇ ਗਿਆ ਸੀਗਾ, ਅਤੇ ਘਰ ਆਉਂਦੇ ਦਾਦਾ ਜੀ ਨੇ ਕਿੱਥੇ ਗਿਆ ਸੀਗਾ, ਕਿਹਨੂੰ ਮਿਲ ਕੇ ਆਇਆ, ਕਦੋਂ ਆਇਆ, ਡੈਡ ਕਿੱਥੇ ਤੇਰਾ? ਉਹ ਬੁੱਢਿਆਂ ਦੇ ਸੁਭਾਅ ਹੀ ਇਹੋ ਜਿਹੇ ਹੁੰਦੇ ਨੇ। ਹੁਣ ਕੀ ਪ੍ਰੋਗਰਾਮ ਹੈ ਤੇਰਾ? ਕਾਲਜ ਜਾਣਾ ਡੈਡ। ਓਏ ਕਾਲਜ ਨੇ ਕਿਹੜੇ ਨੋਟ ਦੇ ਦੇਣੇ ਨੇ, ਤੂੰ ਤਿਆਰ ਹੋ, ਅੱਜ ਡਿਲੀਵਰੀ ਦੇਣੀ ਇੱਕ। ਓਕੇ। ਓ ਮੰਨਤ ਕਿੱਥੇ? ਕਾਲਜ ਗਈ ਡੈਡ। ਹਾਂ ਮੰਤੇ, ਉਹ ਜਾਗਦੀਆਂ ਕੇ ਸੌਂਗੀ ਹੈ? ਤੇਰੇ ਚੱਕਰਾਂ 'ਚ ਤੇ ਮੈਂ ਸੌਣ ਵੇਲੇ ਵੀ ਨਹੀਂ ਸੌਂਦੀ। ਓਏ ਹੋਏ ਹੋਏ, ਸਿਰਾ ਡਲਕ ਮਾਰਿਆ ਬਈ। ਕੀ ਆਸ ਸੀ, ਤੂੰ ਤਾਂ ਹਰ ਦੂਜੇ ਦਿਨ ਇੱਥੇ ਲੈ ਕੇ ਆ ਜਾਂਦਾ। ਉਹ ਕਮਲੀਏ ਸ਼ਦੈਣੇ, ਇਸ਼ਕ ਦੀ ਫਿਲਮ 'ਚ ਨਾ ਕੁਛ ਲੋਕੇਸ਼ਨਾਂ ਨਾ ਬਾਰ ਬਾਰ ਰਿਪੀਟ ਹੁੰਦੇ ਨੇ, ਤੈਨੂੰ ਉਹ ਨਹੀਂ ਪਤਾ? ਬਹੁਤਾ ਹੀਰੋ ਨਾ ਬਣ, ਜਿੱਦਣ ਡੈਡੀਆਂ ਪਿੰਕੂ ਨੂੰ ਪਤਾ ਲੱਗ ਗਿਆ ਨਾ ਕਿ ਮੈਂ ਕਾਲਜ ਬੰਕ ਕਰਕੇ ਇੱਥੇ ਤੈਨੂੰ ਮਿਲਦੀ ਹਾਂ, ਇੱਥੇ ਹੀ ਦੀ ਐਂਡ ਕਰ ਦੇਣਾ ਦੋਹਾਂ ਦੀ ਫਿਲਮ ਦਾ। ਉਹ ਯਾਰ ਤੂੰ ਹਾਰਟ ਬਾਏ ਹਾਰਟ ਗੱਲਾਂ ਕਰਨਾ ਹੀ ਆ ਕਿ ਹਾਰਟ ਅਟੈਕ ਦੇਣਾ ਹੀ ਆ? ਨਾਲੇ ਮੈਂ ਤੇਰੇ ਬਾਪੂ ਦਾ ਪਰਸਨਲ ਜਵਾਈ ਆ। ਓਕੇ ਹੈ ਨਹੀਂ ਸੀ, ਆਪਣੀ ਮੰਗਣੀ ਟੁੱਟ ਚੁੱਕੀ ਹੈ, ਜੇ ਬਹੁਤੇ ਚਾਹੇ ਨਾ ਵਿਆਹ ਕਰਾਉਣ ਦਾ ਤਾਂ ਕੁਛ ਬਣ ਕੇ ਵਿਖਾ। ਯਾਰ ਹੁਣ ਮੈਂ ਜਹਾਜ਼ ਬਣ ਜਾ, ਗੱਲ ਚੱਲ ਤਾਂ ਰਹੀ ਹੈ ਮੇਰੀ ਦੋ ਤਿੰਨ ਕੰਪਨੀਆਂ ਨਾਲ, ਆਜੂਗੀ ਮੇਰੀ ਸੀ ਡੀ, ਫਿਰ ਦੇਖੀ ਆਸੀ ਸੋਹੀ ਆਸੀ ਸੋਹੀ ਹੁੰਦੀ, ਪ੍ਰੋਗਰਾਮ ਹੀ ਪ੍ਰੋਗਰਾਮ ਹੋਣੇ, ਫਿਰ ਦੇਖੀ ਜਾਈ ਤੂੰ ਕਰਾਂ। ਫਿਰ ਤਾਂ ਤੇਰੇ ਕੋਲ ਕਿੰਨੇ ਸਾਰੇ ਪੈਸੇ ਆ ਜਾਣਗੇ ਨਾ। ਹੋਰ ਫਿਰ ਤਾਂ ਆਪਾਂ ਬਾਪੂ ਦਾ ਸਾਰਾ ਕਰਜ਼ਾ ਲਾ ਦੇਣਾ ਯਾਰ। ਫਿਰ ਤਾਂ ਤੂੰ ਮੇਰੇ ਡੈਡੀ ਨੂੰ ਵੀ ਰਿਸ਼ਤੇ ਲਈ ਮਨਾ ਲੇਗਾ। ਆਹੋ ਆਪਣੇ ਬੱਚੇ ਕਸੌਲੀ ਪੜਨ ਪਾਵਾਂਗੇ। ਪੱਕੀ ਗੱਲ ਹੈ। ਅੱਛਾ ਜੀ, ਯੱਟ ਦੇ ਰੀਸਾ ਮਸ਼ਕਰੀਆਂ ਕਰਦੀਆਂ, ਓਏ ਐ ਨਹੀਂ ਹੋਣੀਆਂ ਬੱਗੀ ਏ। ਕਾਪੀ ਕਰਨਾ ਜੱਟੀ ਨੂੰ ਵੀ ਸਿਖਾਲਾ ਨਹੀਂ। ਉਹ ਮੇਰੀ ਮਨ ਤੇ ਪਸ ਕਰ ਯਾਰ, ਐਵੇਂ ਫਰੌਂਟੀਆਂ ਜਾਂ ਮਰੀਆਂ ਨਹੀਂ, ਜਦ ਤੇਰੇ ਪਿੰਡ ਗੇੜੀ ਲਾਉਣ ਆਈਦਾ ਜਦ ਤਾਂ ਤੂੰ ਘਰੋਂ ਬਾਹਰ ਨਹੀਂ ਨਿਕਲਦੀ। ਤੂੰ ਕਰਦੇ ਅੱਗੇ ਗੇੜੀ ਮਾਰਨ ਨਾ ਆਇਆ ਕਰ, ਇੱਥੇ ਤੱਕ ਲਾ ਲੈ ਤੇ ਫਿਰ ਐਂ ਕਰੇ, ਹੁਣ ਕਰਾਂ ਅੱਖਾਂ ਦਾ ਸ਼ਟਰ ਨਾ ਖੁੱਲ੍ਹਾ ਹੀ ਰੱਖੀ, ਲਾਊਂਗਾ ਦੋ ਘੰਟੇ ਤਾਂ।
ਉਹ ਸ਼ੌਂਕ ਸ਼ੁਰੂ ਤੋਂ ਹੀ ਮਿੱਤਰਾਂ ਦੇ ਸ਼ਾਹੀ ਨੇ ਲਾਵਾਂ ਚਿਣ ਚਿਣ ਪੇਚ ਪੱਗ ਤੇ ਉਹ ਸ਼ੌਂਕ ਸ਼ੁਰੂ ਤੋਂ ਹੀ ਮਿੱਤਰਾਂ ਦੇ ਸ਼ਾਹੀ ਨੇ ਉਹ ਲਾਵਾਂ ਚਿਣ ਚਿਣ ਪੇਚ ਪੱਗ ਤੇ ਤੂੰ ਵੀ ਸੋਹਣੀ ਐ ਯਾਰਾ ਤੇ ਕਿੰਨਾ ਮਾਫੀ ਇਹ ਤੂੰ ਨੀ ਤੇਰੇ ਨੈਣ ਦੱਸ ਦੇ ਤੂੰ ਵੀ ਸੋਹਣੀ ਐ ਯਾਰਾ ਤੇ ਕਿੰਨਾ ਮਰਦੀ ਤੁਰੇ ਫਿਰਦੇ ਓ ਕਿੰਨੇ ਹੁਸਨਾਂ ਦੇ ਠੱਗਨੇ ਠੱਗਨੇ ਓ ਮੇਰੀ ਜੱਟਾ ਜਿੰਦ ਕੱਢ ਲਈ ਵੇ ਤੇਰੀ ਪੱਗ ਨੇ ਮੇਰੀ ਜੱਟਾ ਜਿੰਦ ਕੱਢ ਲਈ ਵੇ ਤੇਰੀ ਪੱਗ ਨੇ ਮੇਰੀ ਜੱਟਾ ਜਿੰਦ ਕੱਢ ਲਈ ਵੇ ਤੇਰੀ ਪੱਗ ਨੇ ਫੁਲਕਾਰੀ ਕੱਢ ਦੀ ਸਿਰੇ ਬੰਨਣੇ ਐਤਕੀ ਸਿਆਲ ਚ ਨੀ ਤੂੰ ਡੋਲੀ ਵਿੱਚ ਆ ਜੀ ਚੜ ਕੇ ਤੂੰ ਵੀ ਸੋਹਣੀ ਐ ਯਾਰਾ ਤੇ ਕਿੰਨਾ ਮਾਫੀ ਇਹ ਤੂੰ ਨੀ ਤੇਰੇ ਨੈਣ ਦੱਸ ਦੇ ਤੂੰ ਵੀ ਸੋਹਣੀ ਐ ਯਾਰਾ ਤੇ ਕਿੰਨਾ ਮਰਦੀ ਨੈਣਾ ਵਿੱਚੋਂ ਪੜ੍ਹ ਲੈ ਮੈਂ ਦੱਸਣਾ ਨੀ ਬੋਲ ਕੇ ਤੂੰ ਨੈਣਾ ਵਿੱਚੋਂ ਪੜ੍ਹ ਲੈ ਮੈਂ ਦੱਸਣਾ ਨੀ ਬੋਲ ਕੇ ਸੋਹੀ ਸਾਹਿਬ ਸਰਕਾਰੀ ਮੁਲਾਜ਼ਮਾਂ ਦੇ ਨਾਲ ਦੌਂਗ ਦੰਬਲ ਨਹੀਂ ਲਾਈਦਾ ਇਹਨਾਂ ਨੇ ਕਿਹੜਾ ਕੱਦੂ ਕਰਨ ਜਾ ਕੇ ਇਹਦੇ ਨਾਲ ਬੈਂਕ ਜੀ ਖੜਾਉਣਾ ਗੁੱਸਾ ਨਾ ਕਰੀ ਗੱਲ ਦਾ ਇੱਕ ਓਏ ਐਂ ਕਿਵੇਂ ਲੈ ਜਾਣਗੇ ਮੇਰਾ ਟਰੈਕਟਰ ਇਹਨਾਂ ਦੀ ਬੈਂਕ ਵਾਲਿਆਂ ਦੀ ਚੁੱਪ ਕਰ ਜਾ ਉਹੀ ਬੋਲੀ ਜਾਣਾ ਆ ਸੋਹੀ ਦਾ ਮੁੰਡਾ ਹੈ ਆਸੀ ਚਲੋ ਮੁੰਡਾ ਆ ਗਿਆ ਹੁਣ ਕੋਈ ਢੰਗ ਦੀ ਗੱਲ ਤਾਂ ਕਰੂ ਕੀ ਗੰਦ ਪਾਓ ਗੁਪਤਿਆ ਤੀਰੇ ਕਿਤੇ ਚੱਕ ਕੇ ਮੂੰਹ ਆ ਜਾਂਦੇ ਹੋ ਸਾਰੇ ਕਰਜ਼ੇ ਲਿਆ ਬੈਂਕ ਤੋਂ ਕੋਈ ਮੁੱਲ ਦਾ ਹੀ ਲੈਣਾ ਸਾਨੂੰ ਬੈਂਕ ਨੇ ਗੱਲ ਸੁਣ ਸੰਧੂਆ ਜੇ ਟਰੈਕਟਰ ਨਹੀਂ ਚੱਕ ਮੈਂ ਗੱਟੇ ਵੜ ਦੂੰ ਸਾਲੇ ਦੇ ਤਮੀਜ਼ ਨਾਲ ਗੱਲ ਕਰ ਕਾਕਾ ਨਾਮ ਆ ਗਿਆ ਪਾਲ ਤੇ ਗੱਲਾਂ ਹੁਕਮ ਠੋਕ ਸਿੰਘ ਵਾਲੀਆਂ ਚਲੋ ਗੁਪਤਾ ਸਾਹਿਬ ਮਾਰੋ ਸੈਲਫ ਟਰੈਕਟਰ ਨੂੰ ਸੂਬੇਦਾਰ ਸਾਹਿਬ ਗੱਲ ਕਰੋ ਨਾ ਬੈਂਕ ਵਾਲਿਆਂ ਭਾਈ ਸਾਹਿਬ ਮੋਤਬਰ ਬੰਦਿਆਂ ਦੀ ਵੀ ਗੱਲ ਸੁਣ ਲਓ ਇਹਨਾਂ ਨੂੰ ਹਫਤੇ ਦੀ ਮੌਲਤ ਹੋਰ ਦੇ ਦਿਓ ਲੜਕਾ ਤਾਂ ਹਲੇ ਨਿਆਣਾ ਹੈ ਲੈ ਮੈਂ ਤਾਂ ਲਵਾ ਵੀ ਝੋਟੇ ਦੀਆਂ ਗੋਟ ਨਹੀਂ ਆ ਮੈਂ ਕਿਹੜੇ ਪਾਸੋਂ ਨਿਆਣਾ ਓਏ ਓਏ ਸੂਬੇਦਾਰਾ ਮੇਰਾ ਪੁੱਤ ਗੱਭਰੂ ਆਇਆ ਨਿਆਣਿਆਂ ਨੂੰ ਕਿਤੇ ਕਹਾ ਏ ਫੀਮ ਨੂੰ ਕੀ ਜੋ ਕਹਿੰਦਾ ਦੇਖੋ ਜੀ ਅਸੀਂ ਹੈਗੇ ਸਰਕਾਰੀ ਨੌਕਰ ਸਾਨੂੰ ਤਾਂ ਜਿਵੇਂ ਆਰਡਰ ਹੋਇਆ ਉਵੇਂ ਹੀ ਕਰਨਾ ਨਾਲੇ ਸਾਡਾ ਕਿਹੜਾ ਦਿਲ ਕਰਦਾ ਵੀ ਅਸੀਂ ਕਿਸੇ ਦੀ ਚੀਜ਼ ਚੱਕ ਕੇ ਲੈ ਜਾਈਏ ਓਏ ਚੀਜ਼ ਨੂੰ ਕਹਾ ਏ ਟੋਫੀਆ ਹੈ ਟਰੈਕਟਰ ਹੈ ਟਰੈਕਟਰ ਜੱਟ ਦਾ ਓ ਜੱਟ ਮਰਦਾ ਮਰਦੂ ਟਰੈਕਟਰ ਨਹੀਂ ਜਾਣ ਦਿੰਦਾ ਮਰਦੂ ਨਹੀਂ ਪੁੱਤ ਮਾਰ ਤੂੰ ਇੱਕ ਤੇ ਬੈਜੂ ਬਾਬੂਆਂ ਦੇ ਸੋਹੀ ਸਾਹਿਬ ਇਹ ਮਾਮਲਾ ਕੋਈ ਸ਼ਰੀਕੇ ਦੀ ਲਾਗ ਡਾਟ ਜਾਂ ਜ਼ਿੱਦ ਦਾ ਨਹੀਂ ਹੈ ਦੇਖੋ ਸਰਕਾਰ ਦੇ ਪੈਸੇ ਤਾਂ ਮੋੜਨੇ ਹੀ ਪੈਣੇ ਦੇਖੋ ਮਰਜ਼ੀ ਦੀ ਗੱਲ ਇੱਕ ਮਿੰਟ ਮਿੰਤ ਵਾਲੀ ਗੱਲ ਹੈ ਸੋਹੀ ਸਾਹਿਬ ਜਾਂ ਤਾਂ ਸਾਨੂੰ ਪਿੰਡ ਵਾਲਿਆਂ ਨੂੰ ਗੱਲ ਕਰ ਲੈਂਦੋ ਜਾਂ ਫਿਰ ਤੁਸੀਂ ਦੋਏ ਗੱਲ ਕਰ ਲਓ ਦੇਖੋ ਜੀ ਬੇਨਤੀ ਹੈ ਕਿ ਅਸੀਂ ਤੁਹਾਨੂੰ ਡਿਊਟੀ ਕਰਨ ਤੋਂ ਨਹੀਂ ਰੋਕ ਸਕਦੇ ਮਾਸਟਰ ਜੀ ਇਹ ਮਰੰਗ ਚਿੱਠੀਆਂ ਨੇ ਇਹਨਾਂ 'ਤੇ ਮੋਹਰਾਂ ਲਾਉਣ ਦਾ ਕੋਈ ਫਾਇਦਾ ਨਹੀਂ ਹੱਥ ਜੋੜ ਕੇ ਇੱਕ ਬੇਨਤੀ ਕਰਦੇ ਹਾਂ ਜੀ ਅਸੀਂ ਜੇ ਕੁਛ ਲਿਹਾਜ਼ ਹੋ ਸਕਦਾ ਤਾਂ ਬਸ ਸਾਡਾ ਪਿੰਡ ਵਾਲਿਆਂ ਦਾ ਹੀ ਮਾਣ ਰੱਖ ਲਓ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਬੰਦੇ ਨੂੰ ਬੋਲਣ ਦੀ ਤਮੀਜ਼ ਤਾਂ ਹੋਣੀ ਚਾਹੀਦੀ ਆ ਨਾ ਚਲੋ ਜੇ ਇਹ ਇਸ ਵੇਲੇ ਬੁਰੇ ਤਰੀਕੇ ਨਾਲ ਗੱਲ ਕਰ ਰਹੇ ਨੇ ਤੁਸੀਂ ਘੱਟੋ ਘੱਟ ਇਹਨਾਂ ਦਾ ਭਲਾ ਕਰ ਦਿਓ ਜੀ ਫਰੀਦ ਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕੁਛ ਪਾਏ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਕਰ ਲੈਂਦੇ ਆ ਪਰ ਮੈਂ ਇੱਕ ਗੱਲ ਦੱਸਦਾ ਅਸੀਂ ਇੱਕ ਹਫ਼ਤੇ ਦੀ ਮੁਹਲਤ ਦਿੰਦੇ ਹਾਂ ਜੇ ਸਾਡੀਆਂ ਕਿਸ਼ਤਾਂ ਨਾ ਪਹੁੰਚੀਆਂ ਤਾਂ ਅਸੀਂ ਟਰੈਕਟਰ ਚੱਕ ਕੇ ਲੈ ਜਾਵਾਂਗੇ ਚਲੋ ਸੰਧੂ ਸਾਹਿਬ ਚਲੋ ਬਹੁਤ ਤੂੰ ਐਂ ਕਰੀ ਓਏ ਬੜੀ ਮੇਰੇ ਹਫ਼ਤੇ ਬਾਅਦ ਹੀ 4 ਮਹੀਨੇ ਬਾਅਦ ਆ ਜੀ ਜੱਟ ਦਾ ਸਟੈਂਡ ਹੀ ਰਹੂਗਾ ਸੋਹੀ ਸਾਹਿਬ ਜੱਟ ਦਾ ਸਟੈਂਡ ਤਾਂ ਚਾਹੇ ਉਹੀ ਰਹੇ ਪਰ ਟਰੈਕਟਰ ਦਾ ਸਟੈਂਡ ਤਾਂ ਹੁਣ ਬੈਂਕ 'ਚ ਹੀ ਲੱਗੂ ਭਾਵੇਂ ਗੁੱਸਾ ਹੀ ਗੱਲ ਜੀ ਉਹ ਗੱਲ ਹੈ ਬੱਦੀ ਮਰ ਜਾਏਗਾ ਮੇਰੇ ਹੱਥੋਂ ਬਿੰਦਰ ਭੈਣ ਹਾਂਜੀ ਵੀਰੇ ਭੈਣੇ ਤੁਸੀਂ ਚਾਹ ਬਹੁਤ ਸਵਾਦ ਬਣਾਉਂਦੇ ਹੋ ਫੇਰ ਨਹੀਂ ਮੈਂ ਤਾਂ ਉਹੀ ਦੱਸਿਆ ਹੈ ਬਈ ਚਾਹ ਬਹੁਤ ਸਵਾਦ ਬਣਾਉਂਦੇ ਹੋ ਤੁਸੀਂ ਚਾਹ ਤਾਂ ਮੈਂ ਬਣਾ ਦਿੰਦੀ ਹਾਂ ਵੀਰੇ ਪਰ ਤੁਸੀਂ ਚਾਹ ਘੱਟ ਪੀਆ ਕਰੋ ਇਹਦੇ ਨਾਲ ਤਾਂ ਤੁਸੀਂ ਪਾਣੀ ਗਰਮ ਕਰਕੇ ਪੀ ਲਿਆ ਕਰੋ ਨਾ ਚਾਹ ਤਾਂ ਮੈਂ ਬਣਾ ਦਿੰਦੀ ਹਾਂ ਪਰ ਤੁਸੀਂ ਇੰਨੀ ਚਾਹ ਨਾ ਪੀਆ ਕਰੋ ਇਹਦੇ ਨਾਲ ਤਾਂ ਪਾਣੀ ਗਰਮ ਕਰਕੇ ਪੀ ਲਿਆ ਕਰੋ ਨਾ ਬੇ ਤੂੰ ਕਿਆ ਹੁਕਮ ਚਾੜਦਾ ਰਹਿਣਾ ਇਹਨੂੰ ਇਹ ਤਾਂ ਪਹਿਲੇ ਨਹੀਂ ਰਾਮ ਨਾਲ ਬਹਿੰਦੀ ਬਾਣੀ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਨਾ
तू आ कपड़े कुपड़े धोन का काम ना करया कर। पोते दी दादी बनाना तू मैनू, पोते दी आ मेरी धी आराम कर ले। मैं ता पोते दा ना भी सोच रखे, कुलतार रखू कुल उतारू, पीर दी सुख सुखी है ते डेरे वाले साथ दे भी लंगर करना सुख के आई। बीजी बच्चा जो भी होवे कुदरत दी देन, बच्चा ते बच्चा ही है ना। कुदरत दी ऐसी दी तैसी, जमना का तू है ना, ना मैं नहीं जमे तो शेर वर्गे। कुड़ी बारे तो मैं सोचा ही नहीं सी, सोचे भी मुंडे तो जमे भी मुंडे। बे तू की झाकदा कोठे ते खड़ा है, पापा तो तुर गया तेरा पोते नू तरसदा, पर मैं नहीं मरना पोता खड़ा है बिना। कह दे इनू, बोल गुरमुखा बोल। गुरमुखा, ओ गुरमुखा, किथे दी टिकट कटाई हुई है? चा उपर आएगा तू थले आएगा। मैं आना जी। नाले आज दी रोटी भी साडे वाली खाली, बिंदर ने साग तरिया है जी। नाले बाबे दी बाणी दे लड़ किन्ने के बजे लगना है? बाणी दा लड़ ते हुण कदे छड्डिया ही नहीं जाना जी। है की कहा? मैं क्या जी, मैं खा लांगा जी। सतनाम वाहेगुरु, सतनाम वाहेगुरु। लिखदा केड़ा है, केड़ा मेरी जान दा दुश्मन। ओए लॉटरी, ए चिट्ठी तेनू नहीं आई? ना, किसी दी चिट्ठी पढ़ना बेईमानी। पा भाई पोंग, तुसी दसो हुण की करा मैं? है सौं जा। है जी सौं जा। ठीक है ठीक है जी, गुड नाइट। सतनाम वाहेगुरु, पता नहीं कौन लिखदा चिट्ठी ना। ओए लॉटरी सौं जा, नहीं तो मैं थल्ले आके तौड़ी ला देनी है। सॉरी भाई। आ गुरमुख पहला ट्रांसपोर्ट महकमे च काम करदा ही। क्यों की होया? आ वेखो ना, कदे ट्रेन बन जांदा कदे बस बन जांदा। वैसे नीतू मैडम ये है की? भुल्लर सर, मेनू तो यह जमा ही मेंटल लगता। सर जी हुण दा सौदा पुत्ता वध लगन लग गया, जदों दे नवे सार आए ने जवाका दी हाजरी भी वध गई, हुण ना तुसी चौला चौला च कुंडी घट लाया करो जी। तां इत्थों हौली नहीं बोल हुंदा, कुंडी घट लाया करो, कुंडी घट लाया करो। मैडम मैं दो मिनट तक चौक ते जाके आया, बस मैं क्या ते आया, तुसी जद तक ट्रेन नूं झंडी दिओ कुंडी ना लाया करो। चलो जी हुण तां रोटी खाण वाले आउणगे जी। बस बस बस, स्टॉप 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 स्टॉप। अच्छा बच्चो, कल मैनूं पता ऐतवार है, ठीक है ना? छुट्टी का देना है, पर तुसी सारे ने कुछ घंटे कढ़ने हैं बगीचे वास्ते। आओगे सारे? असी नहीं आना सब्जी। क्यों? कल्लाले साथ दा मेला है सब्जी। फिर सारा पिंड ही जांदा है सब्जी। अच्छा सारा पिंड जांदा है? हां जी। फिर तुसी क्यों नहीं जाना, तुसी भी जाओ सारे। थैंक यू सर जी। सर मैं आ जाऊंगा जी स्कूले। क्यों पुत, तू नहीं जाना मेले? ए किदे नाल जाऊंगा सर जी, एदी मम्मी तो चुप-चुप जी रहंदी है, ते इहदा डैडी इहना नूं छड्ड के भज गया। नहीं बजे डैडी मेरे, नहीं बजे। मेरी मम्मी कहंदी है मेरा डैडी पक्का आऊगा मेरा डैडी। सर जी तुसी भी देख लियो, पक्का आऊगा मेरा डैडी। जाओ बच्चे। नानक निर्गुण गुण करे गुणवंतियां गुण दे। बाणी? हां जी। तू सारा दिन बाणी पढ़ती पढ़ती अखती नहीं? गुरमुख जी, जेड़े कारज तो इन्नी खुशी ते सुकून मिलदा होवे, ओ ता अकेवें ते थकेवें नूं नेड़े नहीं लगन दिंदा। तुसी वेख्यो, जिस दिन थोनू बाणी दा ज्ञान हो गया ना, उस दिन बहुत सारे सवाल हल हो जाने। अच्छा जी। हां जी हां। ना जी ना, सवाल तो उदे हल होणगे जदों पोता हो। अज ही दोनों जने शहर जाओ ते टेस्ट करवा के आओ, डॉक्टर ने ना सारी गल हो गई है, टेस्ट ता हो ही हो, जे कुड़ी होई ता सफाई भी हो। बीबी ना 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 ना, बोलना नहीं, सिर्फ समझना है ते अमल करना है, समझ गए दोवे जी? बीबी
ਬੀਬੀ ਬੀਬੀ ਮਾਸਟਰ ਜੀ ਮਾਸਟਰ ਜੀ ਹਾਂਜੀ ਹਾਂਜੀ ਕੀ ਬਾਤ ਸੁਖ ਤਾਂ ਹੈ ਹਾਂਜੀ ਹਾਂਜੀ ਸੁਖ ਹੈ ਜੀ ਇਧਰ ਆਓ ਆਓ ਇਧਰ ਬੈਠੋ ਮਾਫੀ ਚਾਹੁੰਦਾ ਸੂਬੇਦਾਰ ਸਾਹਿਬ ਪਤਾ ਨਹੀਂ ਆਪਣੇ ਕਿਹੜੇ ਖਿਆਲਾਂ ਦੇ ਵਹਿਣਾ 'ਚ ਬਹਿ ਗਿਆ ਸੀ ਤੁਹਾਨੂੰ ਸੁਣ ਹੀ ਨਹੀਂ ਸਕਿਆ ਮਾਸਟਰ ਜੀ ਕਈ ਗੱਲਾਂ ਕਈ ਦੁੱਖ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਹੈ ਜੋ ਬੰਦੇ ਤੋਂ ਉਹਦਾ ਆਪਾ ਖੋਲ ਲੈਂਦੀਆਂ ਹੈ ਇਹ ਮੇਰੀ ਬੇਟੀ ਬਿੰਦਰ ਕਿਸੇ ਟਾਈਮ ਚੁੱਪ ਹੀ ਨਹੀਂ ਸੀ ਰਹਿੰਦੀ ਮੈਂ ਉਹਨੂੰ ਰੇਡੀਓ ਕਹਿੰਦਾ ਹੁੰਦਾ ਸੀਗਾ ਹੁਣ ਦੇਖ ਲਓ ਹਾਲਾਤ ਨੇ ਐਸਾ ਮਿਊਟ ਦਾ ਬਟਨ ਦੱਬਿਆ ਹੈ ਕਿ ਮੇਰੀ ਬੇਟੀ ਮਿੱਟੀ ਦੀ ਗੁੱਡੀ ਬਣ ਕੇ ਰਹਿ ਗਈ ਹੈ ਸੁਖੀ ਬਿੰਦਰ ਦੇ ਘਰ ਵਾਲਾ ਜਦੋਂ ਇਹ ਰਾਗ ਗਿਆ ਹੈ ਬਹੁਤ ਖੁਸ਼ ਸੀ ਤੀਸਰੇ ਦਿਨ ਉਹਦਾ ਫੋਨ ਆ ਜਾਣਾ ਬੜੀ ਖੁਸ਼ੀ ਦੇ ਦਿਨ ਨਿਕਲੇ ਉਹ ਅੱਜ ਆਉਂਦਾ ਹੈ ਕੱਲ੍ਹ ਆਉਂਦਾ ਹੈ ਕਹਿੰਦੇ ਨੇ ਕਈ ਸਾਲ ਲੰਘਾ ਦਿੱਤੇ ਪਰ ਉਹ ਆਇਆ ਨਹੀਂ ਮੁੜ ਕੇ ਹੁਣ ਤਾਂ 10 ਮਹੀਨੇ ਹੋ ਗਏ ਆ ਨਾ ਉਹਦਾ ਕੋਈ ਫੋਨ ਆਇਆ ਨਾ ਕੋਈ ਚਿੱਠੀ ਪੱਤਰ ਕੋਈ ਕਹਿੰਦਾ ਹੈ ਉਹ ਅਮਰੀਕਾ ਨੂੰ ਨਿਕਲ ਗਿਆ ਹੈ ਕੋਈ ਕਹਿੰਦਾ ਇਰਾਕ 'ਚ ਅੱਤਵਾਦੀ ਹੈ ਪਤਾ ਹੀ ਨਹੀਂ ਲੱਗਦਾ ਸਮਝੀ ਨਹੀਂ ਪੈਂਦੀ ਸੂਬੇਦਾਰ ਸਾਹਿਬ ਘਬਰਾਹਟ ਤਾਂ ਹੁੰਦੀ ਹੈ ਫਿਰ ਬੰਦੇ ਨੂੰ ਕੁਝ ਮਾੜਾ ਸੋਚ ਕੇ ਬਰਖੁਰਦਾਰ ਫੌਜੀ ਹਾਂ ਘਬਰਾਹਟ ਤਾਂ ਕਦੇ ਕਾਤਰ ਦੀ ਜੰਗ 'ਚ ਨਹੀਂ ਹੋਈ ਮੈਨੂੰ ਜਿੱਥੇ ਇਹ ਸੀਨਾ ਛੱਲੀ ਹੋ ਸਕਦਾ ਸੀ ਧੀ ਦਾ ਬਿਨਾਂ ਕਲੇਜਾ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਬਿੰਦਰ ਮੇਰੇ ਸਾਹਮਣੇ ਤਾਂ ਚੁੱਪ ਚੁੱਪ ਜੀ ਰਹਿੰਦੀ ਹੈ ਪਰ ਮੈਂ ਜਾਣਦਾ ਕਿ ਜਿੰਨੀ ਉਹ ਸ਼ਾਂਤ ਦਿਸਦੀ ਹੈ ਉਹਨੀ ਹੈ ਨੀ ਮਾਸਟਰ ਜੀ ਮੈਂ ਪਿਓ ਹੈ ਉਹਦਾ ਜਾਣਦਾ ਸਭ ਕੁਛ ਕਿਵੇਂ ਲੁਕ ਲੁਕ ਰੋਂਦੀ ਹੈ ਉਹ ਸੁਖੀ ਸੁਖੀ ਮੁੱਕ ਗਿਆ ਉਵੇਂ ਤਾਂ ਰੱਬ ਦਾ ਪਾੜਾ ਹੈ ਧੋਖਾ ਬਰਦਾਸ਼ਤ ਨਹੀਂ ਹੋਣਾ ਮੇਰੀ ਧੀ ਤੋਂ ਬੜਾ ਪਿਆਰ ਕਰਦੀ ਹੈ ਉਹ ਸੁਖੀ ਨੂੰ ਸੁਖਦਾਰ ਸਾਹਿਬ ਤੁਸੀਂ ਇੱਦਾਂ ਕਰਦੇ ਚੰਗੇ ਨਹੀਂ ਲੱਗਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜ਼ੀ ਦੇ ਮੈਨੂੰ ਨੀ ਪਤਾ ਮੇਰੇ ਮਾਂ ਬਾਪ ਕੌਣ ਨੇ ਬਸ ਇੰਨਾ ਪਤਾ ਵੀ ਪਾਪਾ ਹੀ ਚਿੱਠੀਆਂ ਵੰਡਣ ਗਏ ਸੀ ਤੇ ਮੈਂ ਉਹਨਾਂ ਨੂੰ ਲੱਭ ਗਿਆ ਸੀ ਇਹਦਾ ਪਾਪਾ ਛੜਾ ਸੀ ਜੀ ਰੱਬ ਨੇ ਨਿਆਣਾ ਦੇ ਕੇ ਲਾਟਰੀ ਕੱਢਤੀ ਮੁਫਤੋ ਮੁਫਤੀ ਤੇ ਨਾ ਧਰਤਾ ਲਾਟਰੀ ਹੁਣ ਦੱਸੋ ਤੂੰ ਮਾੜੀ ਕਿਸਮਤ ਕਿਹਦੀ ਹੋਊਗੀ ਜਿਹਨੂੰ ਆਈ ਨਹੀਂ ਪਤਾ ਵੀ ਉਹਦਾ ਧਰਮ ਕੀ ਹੈ ਗੋਦ ਕੀ ਹੈ ਜਾਤ ਕੀ ਹੈ ਲਾਟਰੀ ਤੇਰੀ ਜਾਤ ਤਾਂ ਫਿਰ ਸਭ ਤੋਂ ਵਧੀਆ ਕਿਹੜੀ ਮਾਨਸ ਕਿਉਂਕਿ ਗੁਰੂ ਨਾਨਕ ਦੇ ਅਸਲੀ ਸਿੱਖ ਦੀ ਜਾਤ ਤਾਂ ਇਹੀ ਹੁੰਦੀ ਹੈ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਲਾਟਰੀ ਤੂੰ ਇਸ ਗੱਲ ਤੇ ਜੋ ਰੋਣਾ ਭਈ ਤੈਨੂੰ ਕੋਈ ਕੂੜੇ 'ਚ ਸਿੱਟ ਗਿਆ ਸੀ ਤੂੰ ਇਸ ਗੱਲ ਤੇ ਰੱਬ ਦਾ ਸ਼ੁਕਰ ਕਿਉਂ ਨਹੀਂ ਮਨਾਉਂਦਾ ਭਈ ਤੈਨੂੰ ਕੂੜੇ 'ਚ ਕੋਈ ਚੱਕ ਲਿਆ ਸੀ ਰੱਬ ਦਾ ਕਿਤੇ ਮੈਨੂੰ ਟੱਕਰ ਦੇ ਨਾ ਕੱਲੇ ਨੂੰ ਫੇਰ ਪੁੱਛਾਂ ਉਹਦੀ ਜਾਤ ਕੀ ਹੈ ਬੈਂਕਾਂ ਵਾਲੇ ਜੰਮ ਤੂੰ ਤੁਹਾਨੂੰ ਪਿੱਛੇ ਲਾ ਛੱਡੇ ਨੇ ਨਾ ਕੋਈ ਗੱਲ ਨਾ ਬਾਤ ਗੱਲਬਾਤ ਕਿਉਂ ਨਹੀਂ ਸੋਹੀ ਸਾ
ਕੀ ਨੇ ਕਿਹਾ ਸੀ ਲੜਕੀ ਦੀ ਸ਼ਾਦੀ ਤੇ ਆਪਾਂ ਅੱਡੀਆਂ ਚੱਕ ਕੇ ਫਾਹਾ ਲਈਏ ਕਿਉਂ ਇੰਨਾ ਕਰਜ਼ਾ ਚੱਕਿਆ ਇਹ ਦੋ ਤਰ੍ਹਾਂ ਦੇ ਬੰਦੇ ਜ਼ਿੰਦਗੀ 'ਚ ਜ਼ਰੂਰ ਮਾਰ ਖਾਂਦੇ ਨੇ ਇੱਕ ਤਾਂ ਜਿਹੜੇ ਸਿਰਫ ਸੋਚਦੇ ਔਰ ਕਰਦੇ ਕੁਛ ਨਹੀਂ ਔਰ ਇੱਕ ਜਿਹੜੇ ਕਰਕੇ ਸੋਚਦੇ ਆ ਬਈ ਆਹ ਮੈਂ ਕੀ ਕੀਤਾ ਮਾਸਟਰ ਹੁਣ ਮੈਂ ਤੋਂ ਗਲਾਵੇਂ ਜਿੱਤ ਨਾ ਬੋਲੀ ਜੇ ਤੇਰੇ ਸਿਰ ਤੇ ਮੇਰੇ ਵਾਂਗੂ ਕਰਜ਼ੇ ਦੀ ਪੰਡ ਹੁੰਦੀ ਨਾ ਫਿਰ ਆਹ ਲੈਕਚਰ ਝਾੜਦਾ ਮਾਸਟਰ ਵਾਲਾ ਸੋਹੀ ਸਾਹਿਬ ਪਹਿਲਾਂ ਤਾਂ ਮੈਂ ਸਿਰ ਤੇ ਕਰਜ਼ੇ ਦੀ ਪੰਡ ਚੜਾਉਂਦਾ ਹੀ ਨਾ ਜੇ ਚੜ ਵੀ ਜਾਂਦੀ ਤੇ ਟਰੈਕਟਰ ਟਰੁਕਟਰ ਦੀ ਪਰਵਾਹ ਨਾ ਟਰੈਕਟਰ ਨਹੀਂ ਟਰੈਕਟਰ ਟਰੈਕਟਰ ਹੁੰਦਾ ਹੈ ਜੱਟ ਦੇ ਪੁੱਤ ਵਰਗਾ ਮਾਫ ਕਰਿਓ ਸੋਹੀ ਸਾਹਿਬ ਪੁੱਤ ਤਾਂ ਰੱਬ ਨੇ ਤੁਹਾਨੂੰ ਇੱਕੋ ਹੀ ਦਿੱਤਾ ਹੈ ਔਰ ਉਹਦਾ ਨਾਂ ਹੈ ਆਸੀ ਜਿਹੜਾ ਜ਼ੋਰ ਲਾਉਣਾ ਨਾ ਉਹਨੂੰ ਬੰਦਾ ਬਣਾਉਣ 'ਤੇ ਲਾਓ ਪਾਣੀਆਂ ਨੂੰ ਗੰਦਲੇ ਕਹਿਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਮੈਲ ਵੱਲ ਜ਼ਰੂਰ ਝਾਕ ਲੈਣਾ ਚਾਹੀਦਾ ਜ਼ਖਮ ਦੀ ਦਵਾਈ ਲੱਭੀ ਦੀ ਹੈ ਸੋਹੀ ਸਾਹਿਬ ਐਂ ਜ਼ਖਮ ਦੀ ਨੁਮਾਇਸ਼ ਲਾ ਕੇ ਲੋਕਾਂ ਤੋਂ ਤਰਸ ਨਹੀਂ ਇਕੱਠਾ ਕਰੀਦਾ ਜਿਹਨੇ ਚੁੰਝ ਦਿੱਤੀ ਹੈ ਨਾ ਚੋਗ ਤਾਂ ਉਹ ਦੇ ਹੀ ਦਿੰਦਾ ਇੱਦਾਂ ਠੇਕਿਆਂ 'ਤੇ ਬਹਿ ਕੇ ਦਾਰੂ ਪੀ ਕੇ ਆਪਣੇ ਦੁੱਖਾਂ ਦੇ ਕੀਰਨੇ ਪਾਉਣਾ ਕੋਈ ਮਰਦਾਂ ਦਾ ਕੰਮ ਨਹੀਂ ਹੁੰਦਾ ਜੇ ਮੈਂ ਕੋਈ ਵੱਧ ਘੱਟ ਕਹਿ ਗਈ ਜੀ ਤਾਂ ਮੈਨੂੰ ਮਾਫ਼ ਕਰ ਦਿਓ ਮਾਫ਼ ਨਹੀਂ ਕਰਦਾ ਕਿਸੇ ਨੂੰ ਅੱਜ ਫਿਰ ਕਿਸੇ ਦਾ ਬੇੜਾ ਬੈਠਾ ਉਹ ਮੇਰੀ ਲੋਈ ਸਮੇਤ ਕੋ ਸਕੂਟਰ ਚੱਕ ਕੇ ਲੈ ਗਿਆ ਕੌਣ ਲੈ ਗਿਆ ਕਿ ਖਿਲਾ ਰਿਹਾ ਸੀ ਮੈਂ ਕੋਈ ਚੋਰੀ ਨਾ ਕਰ ਲੈ ਉਹ ਕਿਹੜਾ ਕਰਕੇ ਲੈ ਗਿਆ ਚੋਰੀ ਉਹ ਮੇਰੇ ਮੇਰੇ ਹੁੰਦਿਆਂ ਤੇਰੇ ਭਰਾ ਦੇ ਹੁੰਦਿਆਂ ਕਿਹੜਾ ਲੈ ਗਿਆ ਮੈਂ ਲੱਭ ਕੇ ਦੇਊ ਤੇਰਾ ਵੀਰ ਸੱਚਾ ਵੀਰ ਸੱਚੇ ਪਰ ਰੁਪਿਆ 200 ਲੱਗੂ ਦਿੱਤਾ ਹੈਂਗਰ ਜਿੰਦਾਬਾਦ ਨਾ 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 ਬਈ ਨਾ ਹੈਂਗਰ ਜ਼ਿੰਦਾਬਾਦ ਨਹੀਂ ਹੈਂਗਰ ਮੁਰਦਾਬਾਦ ਕਿਉਂਕਿ ਹੈਂਗਰ ਔਰ ਲਾਟਰੀ ਹੈ ਜਿਹੜੇ ਰੋਜ਼ ਤੈਨੂੰ ਮਿਲ ਕੇ ਮੂਰਖ ਬਣਾਉਂਦੇ ਆ ਇਹ ਆਪ ਹੀ ਤੇਰੀਆਂ ਚੀਜ਼ਾਂ ਪਹਿਲਾਂ ਲੁਕਾਉਂਦੇ ਆ ਫਿਰ ਉਹੀ ਲਵਾਉਣ ਦੇ ਤੇਰੇ ਤੋਂ ਪੈਸੇ ਲੈਂਦੇ ਔਰ ਪਿੱਛੇ ਖੜਿਆ ਸਕੂਟਰ ਤੇਰਾ ਠੀਕ ਹੈ ਅੱਜ ਤੋਂ ਬਾਅਦ ਜ਼ਿੰਦਾਬਾਦ ਨਹੀਂ ਹੈਂਗਰ ਤੇ ਲਾਟਰੀ ਮੁਰਦਾਬਾਦ ਉਹ ਸੌਰੀ ਯਾਰ ਸੌਰੀ ਗੁਰਮੁਖ ਸਰ ਨਾ ਮੇਲੇ ਤੇ ਚੱਲੇ ਆ ਮੈਂ ਉਹਨਾਂ ਨਾਲ ਚਲਾ ਜਾਵਾ ਉਹ ਬੋਲੋ ਮਹਾਰਾਜ ਕੁਛ ਤੇਰੀ ਖੁਸ਼ ਲਈ ਤਾਂ ਮੈਂ ਚਾਹੁੰਦੀ ਹਾਂ ਅੱਛਾ ਫਿਰ ਮਿੱਠੂ ਜੜ ਦਾ ਕੁੜਤਾ ਪਜਾਮਾ ਕੱਢ ਦਿਓ ਮੈਂ ਆਇਆ ਨਹਾ ਕੇ ਆਜਾ ਆਜਾ ਸਰ ਜੀ ਤੁਸੀਂ ਧੱਕੇ ਨਾਲ ਜੋਗਿੰਗ ਕਰਾ ਰਹੇ ਹੋ ਲੈ ਆਪੋ ਤੋਂ 2 ਕਿਲੋਮੀਟਰ ਦੂਰ ਤਾਂ ਮੇਲ ਹੈ ਸਾਰਾ ਆਪਣੇ ਪਿੰਡ ਤੋਂ ਹਨ ਅੱਧਾ ਕਿਲੋਮੀਟਰ ਆਪਾਂ ਆ ਵੀ ਗਏ ਕਿਉਂ ਥੱਕਿਆ ਤੂੰ ਓਹੋ ਸਰ ਜੀ ਗੱਲ ਥੱਕਣ ਦੀ ਨਹੀਂ ਆ ਮਿੱਠੂ ਜੱਟ ਦੀ ਟੌਰ ਖਰਾਬ ਹੁੰਦੀ ਆ ਤੇ ਹਾਂ ਡਸਟ ਵਾਲਾ ਪਾਊਡਰ ਫ੍ਰੀ ਚ ਮੇਕਅਪ ਕਰੀ ਜਾਂਦਾ ਸਮਝਿਆ ਕਰੀਦਾ ਨਾ ਟ੍ਰਾਈ ਟੂ ਅੰਡਰਸਟੈਂਡ ਤੈਨੂੰ ਗੱਲਾਂ ਬੜੀਆਂ ਆਉਂਦੀਆਂ ਵਾ ਸਰ ਜੀ ਦੇਖੋ ਡੈਡੀ ਤਾਂ ਹੁਣ ਸਾਡਾ ਆਉਂਦਾ ਨਹੀਂ ਜੇ ਗੱਲਾਂ ਨਹੀਂ ਆਉਣਗੀਆਂ ਫਿਰ ਤਾਂ ਜੱਟ ਇਕੱਲੇ ਹੀ ਰਹਿ ਜੂ ਨਾ ਪੁੱਤ ਆਜੂ ਡੈਡੀ ਵੀ ਤੇਰੀ ਗੱਲ ਚੱਲ ਤਾਂ ਰਹੀ ਹੈ ਬਾਬਾ ਜੀ ਨਾਲ ਹਨਾ ਸਰ ਜੀ ਬਾਬਾ ਜੀ ਤਾਂ ਨਾ ਹਲੇ ਅਰਦਾਸਾ ਹੀ ਕਰਾ ਰਹੇ ਆ ਵੈਸੇ ਸਰ ਜੀ ਤੁਹਾਡੇ ਡੈਡੀ ਕੀ ਕੰਮ ਕਰਦੇ ਆ ਮੇਰੇ ਡੈਡੀ ਦੀ ਨਾ ਪੁੱਤ ਬਾਬਾ ਜੀ ਕੋਲ ਪੱਕੀ ਡਿਊਟੀ ਲੱਗੀ ਹੋਈ ਹੈ ਅੱਛਾ ਇਹਦਾ ਮਤਲਬ ਤੁਹਾਡੇ ਡੈਡੀ ਜੀ ਦੀ ਯੈਸ ਹੋ ਗਈ ਯੈਸ ਨਹੀਂ ਪੁੱਤ ਡੈਥ ਹੋ ਗਈ ਉਹਨਾਂ ਦੀ ਡੈਥ ਕਹਿੰਦੇ ਹੋ ਸਰ ਜੀ ਬੈਡ ਸ਼ਬਦ ਆ ਮੈਂ ਹਜੇ ਸ਼ਬਦ ਨਾ ਯੂਜ਼ ਨਹੀਂ ਕਰਦਾ ਵੈਸੇ ਸਰ ਜੀ ਤੁਸੀਂ ਆਪਦੇ ਡੈਡੀ ਜੀ ਨਾਲ ਮੇਲਾ ਦੇਖਣ ਜਾਂਦੇ ਸੀ ਮੈਂ ਤਾਂ ਪੁੱਤ ਮੇਲਾ ਹੀ ਆਪਣੇ ਡੈਡੀ ਜੀ ਦੇ ਨਾਲ ਦੇਖਣ ਜਾਂਦਾ ਹੁੰਦਾ ਸੀ ਡੈਡੀ ਦੇ ਕਨੇੜੇ ਚੜ ਕੇ ਮੇਲਾ ਦੇਖਣ ਜਾਣਾ ਮੇਲਾ ਏਡਾ ਵੱਡਾ ਦਿਸਦਾ ਹੁੰਦਾ ਸੀ ਡੈਡੀ ਦੇ ਕਨੇੜੇ ਚੜ ਕੇ ਉੱਥੇ ਚੰਡੋਲ ਝੂਟਣੀ ਉੱਥੇ ਪਕੌੜੇ ਖਾਣੇ ਕੁਲਫਾ ਖਾਣਾ ਡੈਡੀ ਜੀ ਆਹ ਲੈ ਦੋ ਡੈਡੀ ਜੀ ਆਹ ਲੈ ਦੋ ਤੈਨੂੰ ਪਤਾ ਡੈਡ ਕੀ ਹੋਇਆ ਮਿੱਠੂ ਰੁਕ ਗਿਆ ਮੇਲੇ ਨਹੀਂ ਜਾਣਾ ਸਰ ਜੀ ਮੈਂ ਮੇਲਾ ਨਹੀਂ ਦੇਖਣਾ ਕਿਉਂ ਹੁਣ ਤਾਂ ਮੈਂ ਮੇਲਾ ਕਨੇੜੇ ਚੜ ਕੇ ਦੇਖੂ ਆ ਜਾ ਪੁੱਤ ਮੇਰਾ ਫਿਰ ਆ ਜਾ ਬਹਿ ਜਾ ਕਨੇੜੇ ਆ ਤੁਹਾਡੇ ਨਹੀਂ ਸਰ ਜੀ ਆਪਦੇ ਡੈਡੀ ਦੇ ਇਹ ਗੱਲ ਮਿੱਠੂ ਦੀ ਪੱਕੀ ਆ ਕੱਚੀ ਨਹੀਂ ਮਿੱਠੂ 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 ਮਿੱਠੂ
बाबा जी डैडी तो मेरे है गया ना, फिर उन्होंने साढ़े नाम मिला दो। मेरी मम्मी चोरी चोरी रोंदी रहती है, उन्होंने दूजे बच्चों दी मम्मिया वांग हसन ला दो। नहीं तो देख लो मिठू दी थोड़े ना कट्टी हो जानी है। आसी रात ना मैं एक सपना वेख्या कि मैं तेरी पग दी पूनी करा रही हूँ। हाय मेरा बस सिरा फीलिंग फिर भाई फिर की तू मेरी अखा विच देख के पग बन रहा सीगा फिर अखीर ला लड़ता वाला अखा लगे हुआ ना मतलब मैं सोचता हूं भी तेरी अखा सेट होवा के पग सेट कराना पता नहीं फिर तू कहन लग पया कि मैं शो ते जाना ते लोका नु क्या ऑटोग्राफ बाद च लैन। हां फिर जान के मैं स्टार ता फिर बने जाऊंगा, फिर लोकी विकास आया करनगे फोटोआं कराउन वाले शो बुक करन वाले नाले आ जेड़ा अपना जयंती माजरा पिंड ना ਇਹ 80 ਦਾ ਪਿੰਡ ਵੱਜਿਆ ਕਰੂਗਾ ਦੇਖੀ ਜਾਈ ਤੂੰ ਹਲੇ ਗੱਲਾਂ ਹੀ ਨੇ ਤੈਨੂੰ ਕਿਸੇ ਕੰਪਨੀ ਵਾਲੇ ਨੇ ਬੁਲਾਇਆ ਤਾਂ ਹੈ ਨਹੀਂ ਉਹ ਬੁਲਾਇਆ ਸੀ ਯਾਰ ਇੱਕ ਨੇ ਕਹਿੰਦਾ ਗਾਉਣਾ ਤਾਂ ਤੂੰ ਬਹੁਤ ਵਧੀਆ ਬਈ 20 ਲੱਖ ਲੱਗੂ ਕੱਢ ਦੇਣਾ ਸੀਡੀ ਫਿਰ ਕੀ ਬਸ ਕੱਢੀਆਂ ਗਾਲਾਂ ਸਾਲਿਆਂ ਨੂੰ ਫਿਰ ਮੈਂ ਗਾਲਾਂ ਕੱਢਣ ਨਾਲ ਆਪਣੀ ਗੱਡੀ ਲੀ ਤੇ ਨਹੀਂ ਆਉਣੀ ਉਹ ਲੈ ਉਹ ਲੀ ਤੇ ਤਾਂ ਆ ਗਈ ਸਮਝੋ ਆਹ ਕਦੇ ਫਾਰਚੂਨਰ ਆਹ ਕਦੇ ਮਰਸਾਈਡੀ ਆਹ ਕਦੇ BMW ਗੱਡੀ ਤੇਰੇ ਤੋਂ ਉਹ ਸਾਬੀ ਲਾਓ ਇਹਦੀ ਕਲਾਸ ਬਾਕੀ ਭੈਣ ਦੀ ਰੱਖੜੀ ਦਾ ਕਰਜ਼ਾ ਮੈਂ ਲਾਉਣਾ ਚੱਲ ਜ਼ੁਬਾਨ ਨਹੀਂ ਖੋਲਣੀ ਕਿਉਂਕਿ ਅੱਜ ਬੋਲਿਆ ਹੋਇਆ ਤੇਰਾ ਇੱਕ ਵੀ ਲਫ਼ਜ਼ ਮੈਨੂੰ ਜਲਾਦ ਬਣਾ ਸਕਦਾ ਹੈ ਕਿਉਂਕਿ ਮੇਰੀ ਧੀ ਹੀਰ ਦੀਆਂ ਬਾਤਾਂ ਨਹੀਂ ਪਾ ਸਕਦੀ ਜੇ ਉਹ ਸਰਾ ਤੁਰੀ ਨਾ ਤੇ ਤੈਨੂੰ ਤੇ ਉਹਨੂੰ ਇਹਨਾਂ ਰਾਹਾਂ 'ਚ ਕਿਤੇ ਦਫ਼ਨ ਕਰਕੇ ਰੱਖ ਦੂੰਗਾ ਔਰ ਇੱਕ ਗੱਲ ਹੋਰ ਇਹ ਗੱਲ ਮੈਂ ਤੈਨੂੰ ਦੁਬਾਰਾ ਨਹੀਂ ਕਹਿਣੀ ਡੈਡੇ ਦਾ ਕਾਲਜ ਖਤਮ ਬਹੁਤ ਹੋ ਗਿਆ ਪੜ੍ਹਾਈਆਂ ਹੁਣੇ ਨੂੰ ਸਿਰਫ ਇੱਕ ਡਿਗਰੀ ਮਿਲੋ ਵਿਆਹ ਦੀ ਅਸੀਂ ਜਿਉਂਦੀ ਹੈ ਮਰੀ ਨਹੀਂ ਬਾਪ ਹੈ ਮੈਂ ਉਹਦਾ ਨਹੀਂ ਦੁਸ਼ਮਣ ਹੈ ਤੂੰ ਸਾਡਾ ਵੀ ਤੇ ਆਪਣੇ ਆਪ ਦਾ ਵੀ ਤੇਰਾ ਇਹ ਦੋ ਨੰਬਰ ਦਾ ਧੰਦਾ ਤੇ ਆ ਜ਼ੁਲਮ ਖੂਨ ਦੇ ਹੰਝੂ ਰਵਾਓ ਤੈਨੂੰ ਪਿੰਡ ਚ ਪੋਰਾ ਇੱਜ਼ਤ ਨਹੀਂ ਰਹੀ ਓਏ ਮੇਰੇ ਵਰਗੇ ਸਾਨ ਬੰਦੇ ਇਹੋ ਜਿਹਾ ਕੰਮ ਕਰ ਸਕਦੇ ਨੇ ਤੇਰੇ ਪਿੰਡ ਦੀ ਖੱਸੀ ਜਨਤਾ ਸਿਰਫ ਗੱਲਾਂ ਕਰ ਸਕਦੀ ਹੈ ਤੇ ਤੂੰ ਕਿਹੜੀਆਂ ਇੱਜ਼ਤ ਦੀਆਂ ਗੱਲਾਂ ਕਰਦਾ ਹੈ ਓਏ ਮੇਰੇ ਵਿਆਹ ਤੇ ਪਿੰਡ ਦਾ ਪੰਚ ਨਹੀਂ ਸੀ ਸੱਦ ਹੋਇਆ ਤੇ ਤੋਂ ਜਿੱਦਣ ਤੂੰ ਮਰੇਗਾ ਨਾ CM ਹੋਊਗਾ CM ਜਦੋਂ ਪਰਛਾਵਾਂ ਕੱਦ ਨਾਲੋਂ ਤੇ ਗੱਲਾਂ ਔਕਾਤ ਨਾਲੋਂ ਵੱਡੀਆਂ ਹੋਣ ਲੱਗ ਜਾਣ ਤਾਂ ਸਮਝੋ ਸੂਰਜ ਡੁੱਬਣ ਵਾਲੀ ਹੈ ਧੀਏ ਇੱਕ ਖੂਹ ਤੇ ਇੱਕ ਆਸ਼ਿਕ ਦੋਵਾਂ ਦੀ ਗਹਿਰਾਈ ਦਾ ਅੰਦਾਜ਼ਾ ਲਾਉਣਾ ਬੜਾ ਔਖਾ ਹੁੰਦਾ
ਸੌਖਾ ਤਾਂ ਇਸ਼ਕ ਕਰਨਾ ਵੀ ਨਹੀਂ। ਇਸ਼ਕ ਤਾਂ ਬਈ ਡਾਢਾ ਹੀ ਔਖਾ। ਆ ਤੂੰ ਵੀ ਤਾਂ ਵੇਖ ਲੈ ਇਸ਼ਕ 'ਚ ਡੈਂਟਿੰਗ ਪੇਂਟਿੰਗ ਕਰਾਈ ਫਿਰਦਾ ਕਿ ਨਹੀਂ। ਚੰਗਾ ਸ਼ਿੰਗਾਰਿਆ ਅਗਲਿਆਂ ਨੇ। ਜੱਟ ਕਨੀ ਤਾਂ ਝਾਕ ਦੇ ਵੀ ਲੋਕੀ ਪੁੱਛ ਕੇ ਆ ਹੱਥ ਕਿਹੜਾ ਲਾ ਜੂ, ਖਿਲਾਰ ਕਿਹੜੀ ਰੱਖ ਦੂ। ਆਇਆ ਵੱਡਾ ਇਹ ਦੇਖ ਵੀ ਕਾਕਾ, ਇੱਕ ਤਾਂ ਨਸ਼ੇੜੀ, ਉੱਤੋਂ ਕੁੜੀ ਦੇ ਭਾਈ, ਕੁੱਟਿਆ ਬਹੁਤ ਬੇਕਰ ਖੋ ਕੇ ਉਹਨਾਂ ਨੇ। ਸ਼ੁਕਰ ਕਰ ਵੀ ਮੈਂਟਲਾਂ ਹੱਥੋਂ ਬਚ ਗਿਆ ਤੂੰ। ਗੱਲ ਸੁਣ, ਜਦ ਤੁਹਾਡਾ ਰਿਸ਼ਤਾ ਹੀ ਟੁੱਟ ਗਿਆ, ਤੁਹਾਨੂੰ ਪਤਾ ਵੀ ਵਿਆਹ ਹੋਣਾ ਹੀ ਨਹੀਂ, ਅਤੇ ਫਿਰ ਤੂੰ ਤਾਂ ਮੰਨਤ ਕਿਉਂ ਆ ਕੁੰਡਲੀਆਂ ਜਿਹੀਆਂ ਮਿਲਾਉਂਦੇ ਫਿਰਦੇ ਹੋ। ਯਾਰ ਮੈਂ ਤਾਂ ਮੰਨਤ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ। ਬਾਪੂ ਉਹਨਾਂ ਨੇ ਆਪਣੀ ਯਾਰੀ ਦੋਸਤੀ ਦੇ ਚੱਕਰ ਸਾਡਾ ਵਿਆਹ ਪੱਕਾ ਕਰਤਾ, ਅਤੇ ਜਦੋਂ ਇੱਕ ਦੂਜੇ ਨੂੰ ਚਾਹੁਣ ਲੱਗ ਪਏ ਅਤੇ ਕਹਿੰਦੇ ਰਿਸ਼ਤੇ ਨੂੰ ਜਵਾਬ ਦੇ ਦਿਉ। ਹੱਦ ਹੈ ਯਾਰ, ਰਿਸ਼ਤਾ ਤਾਂ ਕਿਤੇ ਰਾਹ ਜਾਂਦੇ ਨਾਲ ਬਣ ਜਾਊ, ਉੱਥੇ ਜਵਾਬ ਦੇਣਾ ਔਖਾ ਹੋ ਜਾਂਦਾ। ਇਹ ਤਾਂ ਫਿਰ ਮੋਹ ਦਾ ਰਿਸ਼ਤਾ ਯਾਰ, ਇਹ ਕਿਵੇਂ ਟੁੱਟ ਜੂ? ਇਹਦਾ ਮਤਲਬ ਇਸ਼ਕ ਦਾ ਸਿਓ ਖਾਣ ਦਾ ਦਿਲ ਕਰਦਾ। ਹਾਂ ਉਹ ਇਸ਼ਕ ਹੈ, ਕੋਈ ਡੀ ਜੇ ਵਾਲਾ ਗਾਣਾ ਥੋੜ੍ਹੀ ਆ ਵੀ ਘੜੀ ਕੁ ਨੱਚ ਲਏ ਭੁੱਲ ਗਏ ਬਾਅਦ 'ਚ। ਪੱਕੀ ਧਾਰ ਰੱਖੀਏ ਫਿਰ ਮੰਨਤ ਨੂੰ ਪਾਉਣ ਦੀ। ਆਪਾਂ ਤਾਂ ਯਾਰ ਨੂੰ ਹੀ ਰੱਬ ਮੰਨਿਆ ਬਾਈ। ਠੀਕ ਹੈ, ਬਾਕੀ ਫਿਰ ਰੱਬ ਮੰਨ ਲੈਂਦਾ ਹੁੰਦਾ। ਮਹਾਰਾਜ ਕਹਿੰਦੇ ਆ ਨਾ, ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਚੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਸੱਚਿਆਈ 'ਤੇ ਕਾਇਮ ਰਹੀਦਾ ਬਸ ਜਵਾਨਾ, ਮਿਲਦੇ ਹਾਂ। ਜ਼ਿੰਦਗੀ 'ਚ ਜੋ ਵੀ ਕਰਨਾ ਨਾ ਪੁੱਤ, ਇੱਥੋਂ ਦਿਲ ਨਾਲ ਕਰਨਾ, ਉਮੀਦ ਨਾਲ ਕਰਨਾ, ਮਜ਼ਬੂਤ ਇਰਾਦੇ ਦੇ ਨਾਲ ਕਰਨਾ, ਪੂਰੇ ਚਾਅ ਨਾਲ ਕਰਨਾ, ਕਿਉਂਕਿ ਕੁਦਰਤ ਕਈ ਵਾਰੀ ਨੇੜੇ ਹੋ ਕੇ ਸੁਣਦੀ ਹੈ। ਇੱਕ ਵਾਰੀ ਇੱਕ ਬੰਦਾ ਨਾ ਮਿੱਟੀ ਦਾ ਖਡੌਣਾ ਲੈ ਕੇ ਬਹਿ ਗਿਆ, ਲੱਗ ਪਿਆ ਉਹਦੀਆਂ ਮਿੰਨਤਾਂ ਕਰਨ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ। ਸ਼ਾਮ ਨੂੰ ਜਾ ਕੇ ਅੱਕ ਗਿਆ, ਥੱਕ ਗਿਆ, ਦੁਖੀ ਹੋ ਕੇ ਕਹਿੰਦਾ ਉਹ ਸਹੁਰਿਆ ਸੋਨੇ ਦਾ ਨਹੀਂ ਹੋਣਾ, ਤਾਂਬੇ ਦਾ ਹੀ ਹੋ ਜਾ। ਉਦੋਂ ਕਿਤੇ ਕੁਦਰਤ ਨੇੜੇ ਹੋ ਕੇ ਸੁਣਦੀ ਸੀ, ਝੱਟ ਦੇਣੀ ਉਹ ਖਡੌਣਾ ਤਾਂਬੇ ਦਾ ਹੋ ਗਿਆ। ਫਿਰ ਲੱਗ ਪਿਆ ਪਛਤਾਉਣ ਮੱਥੇ 'ਤੇ ਹੱਥ ਰੱਖ ਕੇ, ਵੀ ਆਹ ਕੀ ਕਰ ਬੈਠਾ ਮੈਂ, ਬਈ ਮੈਂ ਤਾਂ ਆਹੀ ਕਹੀ ਜਾਂਦਾ ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਤਾਂ ਹੁਣ ਸੋਨੇ ਦਾ ਹੋ ਜਾਣਾ ਸੀ। ਸੋ ਉਹਦਾ ਨੁਕਸਾਨ ਕਿੱਥੇ ਹੋਇਆ ਪੁੱਤ? ਜਿੱਥੇ ਉਹਦਾ ਇਰਾਦਾ ਢਿੱਲਾ ਪੈ ਗਿਆ। ਠੀਕ ਹੈ, ਸੋ ਬੱਚਿਓ ਇਰਾਦਾ ਢਿੱਲਾ ਨਹੀਂ ਕਰਨਾ। ਵੈਰੀ ਗੁੱਡ, ਹੁਣ ਬਾਕੀ ਕਲਾਸ ਆਪਾਂ ਬਾਹਰ ਲਾਉਣੀ ਹੈ। ਠੀਕ ਹੈ, ਚਲੋ 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 ਚਲੋ। ਕਿੱਦਾਂ ਮਾਸਟਰ ਜੀ? ਬੜੀ ਮਿਹਰਬਾਨੀ ਸਰ, ਤੁਸੀਂ ਦੱਸੋ ਜੀ, ਰਿਟਾਇਰਮੈਂਟ ਤੋਂ ਬਾਅਦ ਕਿਤੇ ਕੋਈ ਡੇਰਾ ਡੂਰਾ ਖੋਲਣ ਦਾ ਇਰਾਦਾ ਤਾਂ ਨਹੀਂ? ਸਕੂਲ ਨੂੰ ਸਕੂਲ ਹੀ ਰਹਿੰਦੇ ਹੋ ਬਾਬਿਓ। ਆ ਮੈਂ ਜ਼ਰਾ 2 ਮਿੰਟ ਆਇਆ, ਕਮੇਟੀ ਦੀ ਬੋਲੀ ਹੈ, ਧਿਆਨ ਰੱਖਿਓ ਮੇਰੀ ਕਲਾਸ ਦਾ, ਬੜੀ ਖੱਪ ਪਾਉਂਦੇ ਆ। ਮੈਂ ਬਸ ਗਿਆ ਤੇ ਆਇਆ। ਤੇਰਾ ਲਿਖਿਆ ਵਿਅਰਥ ਨਹੀਂ ਜਾਊਗਾ ਪੁੱਤ। ਲਾਟਰੀ, ਲਾਟਰੀ ਦਾ ਤੇਰਾ ਛੋਟਾ ਨਾਮ ਹੋਇਆ, ਵੱਡਾ ਨਾਮ ਕੀ ਹੈ ਤੇਰਾ? ਲਾਟਰੀ। ਅੱਛਾ, ਇਹ ਓਏ ਕੀ ਹੋਇਆ ਬਈ? ਓਏ ਸਾਡਾ ਗੋਤ ਹੈ। ਹੈਂਗਰ? ਹਾਂਜੀ। ਤੂੰ ਇੱਥੇ ਧਰਤੀ ਦੇ ਗੇੜੇ ਦੇ ਦੇ ਕੇ ਕਿਹੜੀਆਂ ਗਿਣਤੀਆਂ ਮਿੰਤੀਆਂ 'ਚ ਪਿਆ? ਚਾਹ ਨਹੀਂ ਪਿਆਉਣੀ ਅੱਜ ਬਾਈ? ਉਹ ਪਿਆ ਦਿੰਦੇ ਹਾਂ ਮਾਸਟਰ ਜੀ, ਇੱਧਰ ਖੰਡ ਵਾਲਾ ਡੱਬਾ ਗਵਾਚ ਗਿਆ। ਲੱਭ ਦਿੰਦੇ ਹਾਂ, ਪਰ ਰੁਪਈਆ 100 ਲੱਗੂ। ਖੜ ਜਾ, ਕਿਰੋਂ ਵੱਡਿਆ ਸੱਪਾ, ਤੇਰੀ ਮਿੱਧਾ ਸੀਮ। ਉਹ ਬੱਲੇ, ਹੈਂਗਰ ਦਾ ਕੁੱਤਾ ਹੈਂਗਰ ਨਹੀਂ ਬਹੁ ਬਹੁ, ਹੁਣ ਬੜਾ ਟੱਪਦਾ ਹੈ, ਦੁੱਖ ਲੱਗਿਆ ਆਪਦੀ ਯਾਰੀ? ਦੇਖੋ ਜੀ, ਜਦੋਂ ਆਪਣੇ ਡੰਗ ਵੱਜਦਾ ਤਕਲੀਫ ਤਾਂ ਉਦੋਂ ਹੀ ਹੁੰਦੀ ਹੈ। ਸੱਪ, ਹਾਂਜੀ, ਦੇ ਵੀ ਖੰਡ ਵਾਲਾ ਡੱਬਾ ਹੈਂਗਰ ਦਾ। ਲੈ ਬਈ ਚੱਕ ਡੱਬਾ, ਅੱਜ 1 ਕੱਪ ਨਹੀਂ 2 ਕੱਪ ਚਾਹ ਦੇ ਬਣਾ ਕੇ ਲਿਆ। ਠੀਕ ਆ, ਮਤਲਬ ਕੀ? ਮਾਡਰ ਬਾਰਡ ਪੜਾ ਗਿਆ ਆਪਾਂ ਨੂੰ, ਕੋਈ ਨਾ
अपनी बारी भी आऊ कदे लाटरी। हाँ जी वारी तो तेरी मित्र प्यारिया बहुत सोहनी आने वाली है। क्यों है? जिहड़ा सतनाम वाहिगुरु नूं चिट्ठियां लिखदा सी ना उहदा पता लग गया ना? लग गया नहीं ना। नहीं नहीं मैं कह रहा कि उहनूं लभ लिया ना। मैं क्यों लभा? नहीं नहीं मैं लाटरी तैनूं यह कह रहा कि मैं उहदा पता ला लिया जिहड़ा सतनाम वाहिगुरु नूं चिट्ठियां लिखदा। कौन कौन? मेरी क्लास की एक बच्ची है ज्योति, वो लिखती है सतनाम वाहिगुरु जी नूं चिट्ठियां। मां गुजर गई सी उहदी, इस पिंड अपने नाने नानी को रहिंदी है। 2 साल तो अपनी चिट्ठियां ते जवाब उड़ीकदी है बेचारी। कमली है गुड़ी, और जेड़ी चिट्ठी पहुंचनी नहीं मास्टर जी उहदा जवाब कौन कौन लिखूगा? जवाब तो लाटरी उहदा सतनाम वाहिगुरु ही लिखेगा। सतनाम? सतनाम वाहिगुरु कित्थे है? सतनाम वाहिगुरु आ देख, ओदा अपने बंडल बचना है। ओदे च सतनाम वाहिगुरु, मेरे च सतनाम वाहिगुरु, ज्योति च सतनाम वाहिगुरु, और तेरे च भी है सतनाम वाहिगुरु। हुण पता नहीं कि सतनाम वाहिगुरु ने किदे तो चिट्ठी लिखा लेनी है। आ फड़ तेरी अमानत, हुण चाहे पी ते चाहे डोल दे, तेरी मर्जी है। चंगा जी। मास्टर ने तेरे कान च की किया मैनू नहीं पता, पर शरेआम बोलण वाला बंदा जो कान च गल करदा फिर मसला कोई आम नहीं हुंदा। आओ पुत जटां दा हलवाउंदा वड्डे तड़के दा, आओ तेरी अखां मूरे कम दी जरूरत प्यारी। ओए हाँ भी डड, कदे कठे ते कदे अड है। अरे भाई इतना सन्नाटा क्यों है? मार दे करा शैदर के मिठे जे बोल सुना के है। आसे मैनू भूल जाई हमेशा ले। अच्छा मैं क्या हुणी भूल जा के बाजा पासे रख के भुला भाई? ऐ हसता रही, कल मेरी एंगेजमेंट है, हो सके तो मैं माफ कर दे। ओ हेलो 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 ओ हेलो, चारे पासे दिसन हनेरे ते चन चढ़दा नहीं, कर दिल ते दलीपो मैं पटिया गया नहीं, बैंक वाले ट्रैक्टर नहीं मेरा पुत जा के ले गए। सुनिए तू है बख्शन हारा, सानू बख्श दियो, तेरे लड़ लग के ता बंदा डुब के हड़दा नहीं। दुख जिंदगी ते पारे सब पासे आं तो हारे, दुख जिंदगी ते पारे सब पासे आं तो हारे। दाता जी मेर करो, दाता जी
दाता जी मेर करो। किन्ने हुए लाला जी? 60 हो गए जी। 50, 1, 10, 1। वाले मास्टर जी, ये मोटरसाइकिल नहीं सब सुबह वो भी दस दया करो। बंदा आप कदों मोटरसाइकिल लैके आऊ, रैली करके घर ही छद के आऊ। जे रोंग नंबर लग जाए तो मैनू फल दौ। ऊ गल एक वैसे लाला जी, हाँ जी, कोई काम रह गया सी तो भी विचे ही ऐड कर लेना सी, बाकी तो है ही सारे आलमोस्ट। वो की करिए मास्टर जी, लोड़ा ही बहुत ने। नाले जे कोई होर काम भी कर सकता होया तो वह भी दस्यो। हूँ पुरानी हट्टी दे तां जाणो दे, नाले देश मित्र नूं वड्डा जनरल स्टोर भी खोल के देना है ना। गल एक ना, मैनू क्यों नहीं खोल के देना? वो मेरे घाटे दे सौदे आ, वो मेरे रोंग नंबर आ। तेरा ना ही देश मित्र है, पेट्रोल का तेरा पुट्ठा ना है। नाले पेट्रोल ना ही रखता तेरा, तू तो दूं ही अग फल लग गया। गल एक ओ बुद्धी, ओ भी पई यार 2 किलो पा देना ते आलू पा दे 1 किलो का। ठीक है ठीक है। सो ही साहब, ए बोधी की हुंदा जी? इको पिंड दे हो, सत्कार दे हो एक दूसरे नु गुरमुखो। हैं शंभूनाथ जी को, लाला जी को, सेठ जी को। ओ बस कर यार मास्टर, मेरी किस्मत ने मेरा पहला मजाक बनाया पे, उतो तू सिर खाई जाना। ए किस्मत ना, चार अखरां दा एक शब्द है जिनू तेरे वर्गे कमजोर ते नालायक पहाड़ बना के सिर दे उत्ते रख लैंदे आ। एक लाला शंभूनाथ जी है, किस्मत का एक घोड़ा बना के जिंदगी दे नवें सफर ते हो तुरे है। चोरां ने भरी भराई दुकान खाली करती सी, ना लाला जी ने जहर पीता, ना ही किस्मत का रोना रोया। जवान जहान है लाला, जिंदगी नूं अगे क्यों वेला फिरदा रहना? खुशियां बीत जवाना, हासे उगणगे हासे। बेहिमते ने जो शिकवा करन मुकद्दरां दा, उगण वाले उग पैंदे ने पाड़ के सीना पत्थरां दा। ऑटोमोटर असासी का नमस्कार जी। सासी का जी, सासी का। बेबोधी, हाँ ऑटोमोटर की मैं लाए ने। चनके। बे दाएगा की मैं। बोल के दे वो होते तो वहीं ब्लॉग। चल पानी आंटी जी, शंभूनाथ कहो। चंगा शंभू चाचा जी। चंगा भी हेदा। लिख लो फिर हैं। यों का पास्ता है। हैं? पानो आंटी जी। बे अगे तो मैंने कमली दास दासी ये है। वे कदों तो ओ सही नंबर हो मिलया, ओ मैं तो आप ताजा ताजा शंभू चाचा बनया। माइटर जी, माइटर जी, जेड़े रा आए हैं उसे रा बैक हो जो। की गल हो गई, आज पिहौण वाले भी पी फिरदे ओ? जेड़े पींदे सी तुसी पीनो हटाते, सप भी ना पींदा नेम चक गया, लॉटरी भी नहीं हाथ लाउंदा पिया। हैंगर माइटर जी अगे ना वधो, बैक हो जो। ਤੁਸੀਂ ਪ੍ਰਵਚਨ ਦਿੰਦੇ ਆ, ਭਾਸ਼ਣ ਦਿੰਦੇ ਆ, ਮੇਰਾ ਸਾਰਾ ਕੰਮ ਮਿੱਟੀ ਕਰਕੇ ਰੱਖਤਾ। ਕੋਈ ਗੱਲ ਨਹੀਂ, ਸੋਹੀ ਵਰਗੇ ਪੰਜਾਬ 'ਚ ਅਜੇ ਬੜੇ ਬੈਠੇ ਸ਼ਰਾਬ ਨੂੰ ਪਿਆਰ ਕਰਨ ਵਾਲੇ। ਲਾਟਰੀ ਬਹਿ ਜਾ, ਚਾਹ ਪੀਂਦੇ ਆਪਾਂ। ਉਹ ਚਾਹ ਵਾਲਾ ਬਿਜ਼ਨਸ ਬੰਦ ਕਰਤਾ, ਤੁਰਦੇ ਫਿਰਦੇ ਨਜ਼ਰਾਂ ਤੁਰਦੇ ਫਿਰਦੇ। ਲਾਟਰੀ ਤੂੰ ਤਾਂ ਪੀ ਲਾ, ਤੇਰਾ ਦਾਰੂ ਬਿਨਾਂ ਕੌਣ ਆ? ਲਾਟਰੀ ਸੋਹੀ ਸਾਹਿਬ ਨਹੀਂ ਨਜ਼ਰ ਆ ਰਹੇ? ਦੇਖਿਆ ਨਹੀਂ ਕਈ ਦਿਨ ਤੋਂ, ਮੈਨੂੰ ਲੱਗਦਾ ਉਹਦੀ ਖਬਰ ਲੱਗਣ ਵਾਲੀ ਹੈ, ਖੁਦਕੁਸ਼ੀ ਦੀ। फसल नहीं तो नस्ल नहीं, कर्जा ही कर्जा, मर जा तू मर जा। वाह, यह होंगी अणखाली गल। वो जिहड़ा पदार्थ पिछे लुको के रखे उन्हों अगे रखो।
ਲੁਕੋ ਕੇ ਕੀਤਾ ਜਾਣ ਵਾਲਾ ਕੰਮ ਜਾਂ ਚੋਰੀ ਹੁੰਦਾ ਹੀ ਆ ਪਾਪ। ਨਾ ਤਾਂ ਤੁਸੀਂ ਚੋਰੀ ਕੀਤੀ ਹੈ ਨਾ ਪਾਪ ਕੀਤਾ। ਜੰਮਣਾ ਤੇ ਮਰਨਾ ਉਸ ਕੁਦਰਤ ਦਾ ਨਿਯਮ ਹੈ, ਪਰ ਇਨਸਾਨ ਪਰਮਾਤਮਾ ਔਰ ਕੁਦਰਤ ਤੋਂ ਅੱਗੇ ਲੰਘਦਾ ਜਾ ਰਿਹਾ। ਮਰਨਾ ਉਹਨੇ ਆਪਣੇ ਹੱਥ 'ਚ ਕਰ ਲਿਆ। ਮੈਂ ਤੁਹਾਨੂੰ ਮਰਨ ਤੋਂ ਰੋਕਣ ਨਹੀਂ ਆਇਆ। ਮੈਂ ਤਾਂ ਸੋਚਿਆ ਕਿ ਚਲੋ ਜਾਂਦੇ ਬੰਦੇ ਨਾਲ ਦੋ ਚਾਰ ਗੱਲਾਂ ਹੀ ਕਰ ਲਈਏ। ਕੀ ਨਾ ਤੁਹਾਡਾ? ਹਾਂ, ਦਲੇਰ ਸਿੰਘ ਸੋਹੀ। ਕੰਮ ਵੀ ਦਲੇਰੀ ਵਾਲਾ ਕਰ ਰਹੇ ਹੋ, ਬਹੁਤ ਬਹਾਦਰੀ ਦਾ ਕੰਮ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੀ ਸੁੱਝੀ। ਆਪਣਾ ਪਰਿਵਾਰ ਗਵਾ ਕੇ, ਪਾਤਸ਼ਾਹੀਆਂ ਲੁਟਾ ਕੇ, ਚਾਰੋਂ ਬੱਚੇ ਕੁਰਬਾਨ ਕਰਕੇ, ਫਿਰ ਵੀ ਚੜ੍ਹਦੀ ਕਲਾ 'ਚ ਰਹਿ ਕੇ ਇਹੋ ਹੀ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਪਰ ਅਫਸੋਸ ਕਿ ਉਹਨਾਂ ਦੀ ਕੌਮ ਦੇ ਵਾਰਸ ਅੱਜ ਇੱਕ ਟਰੈਕਟਰ ਗਵਾ ਕੇ, ਫਸਲ 'ਚ ਘਾਟਾ ਖਾ ਕੇ, ਆ ਜ਼ਹਿਰ ਦੀਆਂ ਬੋਤਲਾਂ ਚੁੱਕੀ ਫਿਰਦੇ ਨੇ। ਠੀਕ ਹੈ ਜੀ, ਮਰਜ਼ੀ ਹੈ ਤੁਹਾਡੀ। ਹਾਂ, ਕੋਈ ਆਖਰੀ ਖੁਆਇਸ਼ ਹੋਵੇ ਤਾਂ ਦੱਸ ਦਿਓ, ਜਾਂ ਲਾਣੇਦਾਰਨੀ ਨੂੰ ਕੋਈ ਸੁਨੇਹਾ ਦੇਣਾ ਹੋਵੇ, ਜਾਂ ਗਿਆਪਾਲ ਸਿੰਘ ਨੂੰ ਕੁਛ ਕਹਿਣਾ ਹੋਵੇ, ਜਿਹਨੇ ਵਿਚਾਰੇ ਨੇ ਸਵੇਰੇ ਕਰਜ਼ਾ ਚੁੱਕ ਕੇ ਤੁਹਾਡੀਆਂ ਅੰਤਮ ਰਸਮਾਂ ਕਰਨੀਆਂ ਨੇ। ਚਲੋ ਮਿਲਦੇ ਹਾਂ, ਆਓ। ਮਿਲਣਾ ਤਾਂ ਕਾਹਦਾ ਹੁਣ, ਕਿਉਂਕਿ ਗਿਆ ਬੰਦਾ ਕਦੇ ਮੁੜਦਾ ਨਹੀਂ ਅਤੇ ਅਗਲਾ ਜਨਮ ਹੁੰਦਾ ਨਹੀਂ। ਅਗਲਾ ਜਨਮ ਹੁੰਦਾ, ਮੈਂ ਇੱਕ ਬਹਾਦਰ ਇਨਸਾਨ ਬਣ ਕੇ ਪੈਦਾ ਹੁੰਦਾ। ਮੇਰੀਆਂ ਕਮਜ਼ੋਰੀਆਂ ਨੇ ਮੇਰੇ ਰਾਹ ਸੁੰਨੇ ਕਰਤੇ। ਆਪਣੇ ਮੁਕੱਦਰਾਂ 'ਚ ਹਨੇਰੇ ਮੈਂ ਆਪ ਲਿਖ ਲਏ। ਦੇਖੋ ਜੀ, ਸਾਡਾ ਤਾਂ ਬਿਜ਼ਨਸ ਆ, ਮੈਂ ਅਬੋਰਸ਼ਨ ਨਹੀਂ ਕਰਾਂਗੀ ਤਾਂ ਕੋਈ ਹੋਰ ਕਰੇਗਾ। ਤੁਸੀਂ ਚੰਗੀ ਤਰ੍ਹਾਂ ਸੋਚ ਲਓ, ਉਹਦਾ 5th ਮੰਥ ਚੱਲ ਰਿਹਾ ਅਤੇ ਅਬੋਰਸ਼ਨ ਕਰਨ ਨਾਲ ਉਹਦੀ ਜਾਨ ਨੂੰ ਖਤਰਾ ਵੀ ਹੋ ਸਕਦਾ। ਕੁਛ ਨਹੀਂ ਹੁੰਦਾ ਉਹਦੀ ਜਾਨ ਨੂੰ, ਤੁਸੀਂ ਆਪਣਾ ਕੰਮ ਕਰੋ। ਦੇਖਣ ਨੂੰ ਤਾਂ ਤੁਸੀਂ ਬੜੇ ਜੈਂਟਲ ਲੱਗਦੇ ਹੋ। ਬੀਬੀ, ਤੁਸੀਂ ਆਪਣੀ ਕਹਿਤੀ, ਅਸੀਂ ਆਪਣੀ ਕਹਿਤੀ। ਭਾਈ ਸਾਹਿਬ, ਤੁਹਾਨੂੰ ਆ ਕੇ ਕੁਛ ਪੇਪਰ ਸਾਈਨ ਕਰਨੇ ਪੈਣਗੇ। ਜਾ ਜਾ ਹੁਣ। ਬੀਬੀ ਸੋਚ ਲੈ, ਜਾ ਹੁਣ। ਸਮਝਾਇਆ ਸੀ ਨਾ ਤੁਹਾਨੂੰ
ਉਹਦੀ ਸਾਰੀ ਬਾਡੀ ਦੇ ਵਿੱਚ ਜ਼ਹਿਰ ਫੈਲ ਚੁੱਕਾ ਹੈ। ਹਾਂਜੀ, ਗਿਣਤੀ ਤੇ ਸਾਈ ਆ ਉਹਦੇ ਕੋਲੇ। ਸਿਰਫ ਤੂੰ ਚਾਹੀਦੀ ਆ ਬਾਣੀ, ਮੈਨੂੰ ਹੋਰ ਕੁਛ ਨੀ ਚਾਹੀਦਾ ਬਾਣੀ। ਤੂੰ ਡਰਾਪ ਕਰ ਚੱਲੀਏ। ਬਾਣੀ, ਮੇਰਾ ਤੇਰੇ ਨਾਲ ਪ੍ਰੋਮਿਸ ਹੈ, ਮੈਂ ਅੱਗੇ ਤੋਂ ਕਦੀ ਨਹੀਂ ਰੋਵਾਂਗਾ, ਠੀਕ ਹੈ? ਅੱਜ ਇੱਕ ਵਾਰੀ ਰੱਜ ਕੇ ਰੋਣ ਦੇ ਬਾਣੀ। ਪੁੱਤ ਤੇਰਾ ਬਾਪੂ ਕਿੱਧਰ ਨੂੰ ਗਿਆ? ਉਹ ਜਾਣਾ ਕਿੱਥੇ ਬੇਬੇ, ਮੈਨੂੰ ਤਾਂ ਲੱਗਦਾ ਉਹ ਹਾਲੇ ਉੱਠਿਆ ਹੀ ਨਹੀਂ। ਤੇਰਾ ਦਿਮਾਗ ਤਾਂ ਠੀਕ ਹੈ, ਆਖੇ ਉੱਠਿਆ ਨਹੀਂ, ਪਾਠੀ ਲੱਗਦੇ ਨੂੰ ਤਾਂ ਉੱਠ ਖੜਦਾ ਉਹ। ਉਹ ਪਤਾ ਨਹੀਂ ਬੇਬੇ ਕਿੱਥੇ ਯਾਰ, ਮੈਂ ਨਹੀਂ ਦੇਖਿਆ। ਅੱਛਾ ਵਿਆਸੀ, ਕੁਛ ਕਰ ਤਾਂ ਨਹੀਂ ਲਿਆ ਉਹਨੇ? ਜਮੇ ਪੱਟੇ ਜਾਵਾਂਗੇ ਆਪਾਂ ਤਾਂ। ਬਾਪੂ ਬਾਪੂ। ਬਾਪੂ
ਕੀ ਹੋਇਆ ਵਾ ਸਿਆਲਾ ਬਾਪੂ ਦਾ ਉਹ ਝਾਕਦਾ ਜਿਵੇਂ ਤੁਹਾਡੇ 'ਚ ਗਧਾ ਝਾਕਦਾ ਹੋਵੇ ਓਏ ਮੈਂ ਤਾਂ ਮਾੜਾ ਜਿਹਾ ਸਰੀਰ ਖੋਲ ਰਿਹਾ ਸੀ ਸੋ ਜਮਾਂ ਜੁਗਾਂ ਲਿਆ ਪਿਆ ਆਪਦੀ ਮਾਂ ਨੂੰ ਕਹਿ ਦੁੱਧ ਗਰਮ ਕਰੇ ਲੇਚੀਆਂ ਲੂਚੀਆਂ ਪਾ ਕੇ ਮਾੜਾ ਜਿਹਾ ਮਖਿਆਲ ਵੀ ਪਾ ਦੇਵੇ ਮਖਿਆਲ ਓਏ ਹੈਨੀ ਲੈ ਬੇਬੇ ਪਾ ਲੈ ਆਪਣੇ ਆਣੀ ਲਈ ਦੁੱਧ ਚ ਹਨੀ ਇਹਦੇ ਵਾਸਤੇ ਵੀ ਕਰ ਲਈ ਥੋੜਾ ਜਿਹਾ ਅੱਜ ਤੋਂ ਮੈਂ ਤੇ ਮੇਰਾ ਪੁੱਤ ਖੇਤਾਂ 'ਚ ਟੱਗਿਆਂ ਵਾਂਗੂ ਕੰਮ ਕਰਿਆ ਕਰਾਂਗੇ ਟੱਗੇ ਵੜਦੇ ਯਾਰ ਮੇਰਾ ਪੁੱਤ ਨੱਕੇ ਮੋੜਿਆ ਕਰੂ ਵਾਢੀਆਂ ਕਰਿਆ ਕਰੂ ਨਾਲੇ ਇਹਦੀ ਉੱਥੇ ਗਾਉਣ ਦੀ ਪ੍ਰੈਕਟਿਸ ਹੋ ਜਾਇਆ ਕਰੂ ਨਾਲੇ ਜਿੰਮ ਲੱਗ ਜਾਇਆ ਕਰੂ ਮੰਨ ਗਏ ਵੀ ਹੱਟ ਦੀ ਸਕੀਮ ਨੂੰ ਹੁਣ ਨਹੀਂ ਹੱਥ ਲਾਉਂਦੇ ਸ਼ਰਾਬ ਦੇ ਭੀਮ ਨੂੰ ਚਲੋ ਆ ਜਾ ਆ ਜਾ ਮਹਾਰਾਜ ਲੰਮੀ ਆਮਰਾ ਦਵੇ ਬੈਂਕ ਵਾਲਿਆਂ ਨੂੰ ਜੇ ਉਹ ਟਰੈਕਟਰ ਨਾ ਲੈ ਕੇ ਜਾਂਦੇ ਤਾਂ ਸਾਡੇ ਵਾਲੇ ਬੰਦੇ ਨੇ ਬੰਦਾ ਨਹੀਂ ਸੀ ਬਣਨਾ ਮੁੱਦਤਾ ਬਾਅਦ ਹੱਸਦੇ ਦੇਖੇ ਆਸੀ ਦੇ ਬਾਪੂ ਨੂੰ ਸ਼ੁਕਰ ਹੈ ਦਾਤਿਆ ਸ਼ੁਕਰ ਹੈ ਸਰ ਮੇਰੇ ਪਿਆਰੇ ਬੱਚਿਓ ਨਹੀਂ ਬਲਕਿ ਆਮ ਜ਼ਿੰਦਗੀ ਚੋਂ ਮਿਲਦਾ ਹੈ ਮਾਤਾ ਪਿਤਾ ਦੇ ਸਤਿਕਾਰ ਤੋਂ ਸਿਆਣੇ ਲੋਕਾਂ ਦੀ ਸੰਗਤ ਤੋਂ ਨੇਕ ਕੰਮਾਂ ਦੇ ਤਜਰਬੇ ਤੋਂ ਆਓ ਪਰਮਾਤਮਾ ਤੋਂ ਆਪਾਂ ਕੋਠੀਆਂ ਪੈਸਾ ਗੱਡੀਆਂ ਮੰਗਣ ਦੀ ਬਜਾਏ ਨੇ ਕੰਮਾਂ ਦੀ ਦਾਤ ਮੰਗੀਏ ਦੇ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੂ ਨਾ ਟਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੂ ਨਿਸ਼ਚੈ ਕਰੇ ਆਪਣੀ ਜੀਤ ਕਰੂ ਨਿਸ਼ਚੈ ਕਰੇ ਆਪਣੀ ਜੀਤ ਕਰੂ ਸ਼ੁਕਰੀਆ ਗੁਰਮੁਖ ਜੀ ਰਾਹ ਵਿਖਾਉਣ ਲਈ ਅੱਜ ਤੋਂ ਸਕੂਲ ਟਾਈਮ 'ਚ ਨੋ ਜਾਣਾ ਨੋ ਆਉਣਾ ਸਿਰਫ ਪੜ੍ਹਾਉਣਾ ਅਤੇ ਇਸ ਦੀ ਸ਼ੁਰੂਆਤ ਹੁਣ ਤੋਂ ਹੀ ਚਲੋ ਨੀਤੂ ਮੈਡਮ ਕਿਆ ਬਾਤ ਹੈ ਜੀ ਇੱਕ ਵਾਰੀ ਸਰ ਲਈ ਵੀ ਤਾਲੀਆਂ ਮਾਰ ਦਿਓ ਬੱਚਿਓ ਸ਼ੁਕਰੀਆ ਆਓ ਮੈਡਮ ਚਲੋ ਆਓ ਜੀ ਆਓ ਜੀ ਆਓ ਜੀ ਲਾਟਰੀ ਜੀ ਮੋਸਟ ਵੈਲਕਮ ਜੀ ਲੇਟ ਹੋ ਗਏ ਤੁਸੀਂ ਤੁਹਾਨੂੰ ਬੱਚਿਆਂ ਦਾ ਜਲਵਾ ਦਿਖਾਉਣਾ ਸੀ ਚਲੋ ਜੋਤੀ ਦੇਖਣ ਆਏ ਉਹ ਕਿਹੜੀ ਹੈ ਹੈਨਾ ਨਹੀਂ ਮਾਟਰੀ ਜੋਤੀ ਨੂੰ ਮੈਂ ਜਾਣਦਾ ਦਰਅਸਲ ਅੱਜ ਉਹਦਾ ਜਨਮ ਦਿਨ ਹੈ ਅੱਛਾ ਪਰ ਤੁਹਾਨੂੰ ਕਿੱਦਾਂ ਪਤਾ ਮੇਰੇ ਤੋਂ ਚਿੱਠੀ ਪੜੀ ਗਈ ਸੀ ਚਿੱਠੀ ਪੜ ਲਈ ਪਰ ਲਿਖੀ ਨਹੀਂ ਇਹ ਤਾਂ ਫਿਰ ਬੇਸ਼ਰਮੀ ਦੀ ਹੱਦ ਹੈ ਲਾਟਰੀ ਸਾਹਿਬ ਅੱਜ ਬੱਚੀ ਨੂੰ ਚਿੱਠੀ ਦਾ ਗਿਫਟ ਹੀ ਦੇ ਦਿੰਦੇ ਲਿਖਣੀ ਹੋਣੀ ਠੀਕ ਮਰਜ਼ੀ ਹੈ ਵੀ ਤੇਰੀ ਚਿੱਠੀਆਂ ਵਾਲੇ ਵੀਰਾ ਕੀ ਕਹਿ ਸਰ ਜੀ ਮੇਰੀ ਗੱਲ ਸੁਣੋ ਜੀ ਇੱਕ ਮਿੰਟ ਬੋਲਣਾ ਨਹੀਂ ਠਹਿਰ ਜਾ ਪਹਿਲਾਂ ਮੇਰੀ ਗੱਲ ਸਮਝ ਰਹਾ ਆ ਫੜੋ 100 ਰੁਪਈਆ ਅੱਜ ਸਾਡੀ ਜੋਤੀ ਬੇਟੀ ਦਾ ਹੈਪੀ ਬਰਥਡੇ ਹੈ ਫਟਾਫਟ ਹਲਵਾਈ ਕੋਲੋਂ ਜਾ ਕੇ ਨਾ 100 ਰੁਪਏ ਦੇ ਵੇਸਣ ਦੇ ਲੱਡੂ ਲੈ ਆਓ ਠੀਕ ਹੈ ਜੀ ਬਹੁਤ ਪਿਆਰੇ ਵਾਹਿਗੁਰੂ ਜੀ ਪਛਾਣ ਤਾਂ ਤੁਸੀਂ ਲੈ ਆਏ ਹੋਣਾ ਮੈਂ ਚਿੱਠੀਆਂ ਵਾਲੀ ਜੋਤੀ ਬੋਲਦੀ ਹਾਂ ਮੇਰੀ ਮੰਮੀ ਨੂੰ ਨਾ ਮੇਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ ਵਾਹਿਗੁਰੂ ਜੀ ਅੱਜ ਨਾ ਸਰ ਨੇ ਮੇਰਾ ਬਰਥਡੇ ਬਹੁਤ ਸੋਹਣਾ ਮਨਾਇਆ ਹੈਪੀ ਬਰਥਡੇ ਡੀਅਰ ਜੋਤੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਜੋਤੀ ਸਰ ਨੇ ਨਾ ਮੈਨੂੰ ਬਹੁਤ ਸੋਹਣਾ ਗਿਫਟ ਵੀ ਦਿੱਤਾ ਪਰ ਅੱਜ ਵੀ ਵਾਹਿਗੁਰੂ ਜੀ ਤੁਹਾਡੀ ਚਿੱਠੀ ਨਹੀਂ ਆਈ ਤੁਸੀਂ ਜਿਸ ਦਿਨ ਦਾ ਮੰਮੀ ਨੂੰ ਕੋਲ ਬੁਲਾ ਲਿਆ ਹੈ ਉਸ ਦਿਨ ਤੋਂ ਬਾਅਦ ਕਦੇ ਚਿੱਠੀ ਦਾ ਜਵਾਬ ਹੀ ਨਹੀਂ ਦਿੱਤਾ
ਜੇ ਹੁਣ ਵੀ ਜਵਾਬ ਨਾ ਦਿੱਤਾ ਨਾ ਤਾਂ ਮੈਂ ਮਰ ਜਾਣਾ। ਮੈਨੂੰ ਪਤਾ ਲੱਗ ਗਿਆ ਕਿ ਮਰ ਕੇ ਮੈਂ ਮੰਮੀ ਨੂੰ ਮਿਲ ਸਕਦੀ ਹਾਂ। ਮੰਮੀ ਦਾ ਹਾਲ ਦੱਸ ਦਿਓ ਪਲੀਜ਼। ਚੰਗਾ ਸਤਨਾਮ ਵਾਹਿਗੁਰੂ ਜੀ, ਮੈਂ ਤੁਹਾਡੀ ਚਿੱਠੀ ਦਾ ਵੇਟ ਕਰੂੰਗੀ। ਪਿਆਰੀ ਬੇਟੀ ਜੋਤੀ, ਬਹੁਤ ਬਹੁਤ ਪਿਆਰ। ਜੋਤੀ ਬੇਟਾ, ਮੈਂ ਤੇਰਾ ਵਾਹਿਗੁਰੂ ਦੁਨੀਆਂ ਨੇ ਉਲਝਾ ਰੱਖਿਆ ਸੀ ਤਾਂ ਜਵਾਬ ਨਹੀਂ ਦੇ ਸਕਿਆ ਬੇਟਾ। ਹੁਣ ਤੇਰੀ ਹਰ ਨਵੀਂ ਪੁਰਾਣੀ ਚਿੱਠੀ ਦਾ ਜਵਾਬ ਦਿਆ ਕਰੂੰਗਾ। ਜੋਤੀ, ਤੇਰੀ ਮੰਮੀ ਬਹੁਤ ਖੁਸ਼ ਹੈ ਬੇਟਾ। ਹਾਂ ਸੱਚ, ਅਸੀਂ ਵੀ ਤੇਰਾ ਬਰਥਡੇ ਮਨਾਇਆ ਸੀ, ਕੇਕ ਕੱਟਿਆ ਸੀ, ਉੱਥੇ ਪਰੀਆਂ ਆਈਆਂ, ਪਰੀਆਂ ਨੇ ਡਾਂਸ ਕੀਤਾ ਤੇ ਸਾਰਿਆਂ ਨੇ ਰਲ ਕੇ ਗਾਇਆ ਸੀ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਜੋਤੀ। ਤੇਰੀ ਮੰਮੀ ਬਹੁਤ ਖੁਸ਼ ਹੋਈ ਸੀ ਬੇਟਾ। ਪਰ ਅਸੀਂ ਸਭ ਤੇ ਤੇਰੀ ਮੰਮੀ ਤੇਰੇ ਨਾਲ ਨਾਰਾਜ਼ ਹਾਂ। ਜੋਤੀ ਬੇਟਾ, ਤੂੰ ਉਦਾਸ ਨਾ ਹੋਇਆ ਕਰ। ਤੈਨੂੰ ਉਦਾਸ ਦੇਖ ਕੇ ਤੇਰੀ ਮੰਮੀ ਬਹੁਤ ਉਦਾਸ ਹੋ ਜਾਂਦੀ ਹੈ, ਫਿਰ ਉਹਦਾ ਜੀ ਨਹੀਂ ਲੱਗਦਾ। ਤੂੰ ਹੱਸਿਆ ਕਰ। ਤੂੰ ਹੱਸਦੀ ਹੈ ਤਾਂ ਤੇਰੀ ਮੰਮੀ ਹੱਸਦੀ ਹੈ। ਤੂੰ ਥੱਲੇ ਜੋ ਵੀ ਕਰਦੀ ਹੈ ਨਾ ਬੇਟਾ, ਤੇਰੀ ਮੰਮੀ ਸਭ ਦੇਖਦੀ ਹੈ। ਮੰਮੀ ਦਾ ਫਿਕਰ ਨਾ ਕਰੀ। ਹਾਂ ਸੱਚ, ਮੰਮੀ ਵੱਲੋਂ ਬਹੁਤ ਬਹੁਤ ਪਿਆਰ। ਤੇਰਾ ਆਪਣਾ ਸਤਨਾਮ ਵਾਹਿਗੁਰੂ। ਲਵ ਯੂ ਵਾਹਿਗੁਰੂ ਜੀ, ਲਵ ਯੂ ਮੰਮੀ। ਇਹ ਸੱਚੇ ਪਾਤਸ਼ਾਹ ਜੀਓ, ਤੁਹਾਡੀ ਕਿਰਪਾ ਦੇ ਨਾਲ ਸੰਭੂ ਮਾਸ ਨੇ ਨਵਾਂ ਜਨਰਲ ਸਟੋਰ ਖੋਲ੍ਹਿਆ। ਉਹਦੀ ਪਹਿਲੀ ਕਮਾਈ ਦੇ ਮੈਂ ਸਕੂਲ ਦੇ ਵਿੱਚ ਪੱਖੇ ਲਵਾਉਂਗਾ। ਬਸ ਕਾਮਯਾਬੀਆਂ ਬਖਸ਼ਣਾ ਜੀ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ, ਮੈਨੂੰ ਤਾਂ ਮੱਥਾ ਟੇਕਣਾ ਵੀ ਨਹੀਂ ਆਉਂਦਾ ਜੀ। ਉਹੀ ਇੰਨੇ ਸਾਲ ਤੁਹਾਡੇ ਨਾਲ ਰੁੱਸਿਆ ਰਿਹਾ, ਮੈਂ ਤਾਂ ਧੰਨਵਾਦ ਅਤੇ ਮਾਫ਼ੀ ਦੀ ਖਾਤਰ ਆਇਆ ਜੀ। ਧੰਨਵਾਦ ਮੈਨੂੰ ਬੰਦਾ ਬਣਾਉਣ ਲਈ, ਅਤੇ ਮਾਫ਼ੀ ਇਹ ਵੀ ਮੈਂ ਸਤਨਾਮ ਵਾਹਿਗੁਰੂ ਬਣ ਕੇ ਚਿੱਠੀਆਂ ਲਿਖ ਰਿਹਾ, ਪਰ ਜੇ ਹੁਣ ਤਾਂ ਸਵਾਦ ਆ ਰਿਹਾ ਵਾਹਿਗੁਰੂ ਨਿਆਣੀ ਨੂੰ ਖੁਸ਼ ਦੇਖ ਕੇ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ। ਲਾਟਰੀ ਪੈਰੀ ਪੈਣਾ ਚੇ ਯਾਰ, ਅੱਜ ਤਾਂ ਠੇਕਿਆਂ ਮੂਹਰੇ ਆਪਾਂ ਫੋਟੋ ਖਿਚਾਉਂਦੇ ਰਹੇ ਹਾਂ, ਅੱਜ ਗੁਰੂ ਘਰ ਸਾਹਮਣੇ ਖਿੱਚ ਕੇ ਹੋ ਜੇ ਉਹ ਬਾਈ। ਹਾਂ, ਆ ਸਾਡੀ ਦੋਹਾਂ ਜਣਿਆਂ ਦੀ ਗੁਰੂ ਘਰ ਸਾਹਮਣੇ ਇੱਕ ਫੋਟੋ ਖਿੱਚਦੇ ਯਾਰ। ਲਿਆਓ ਰੇ ਆ ਲੈ। ਓਏ ਐਂ ਕੀ ਕਰੀ ਜਾਣਾ ਯਾਰ, ਆਹ ਬਟਨ ਦੱਬਦੇ। ਪਤਾ ਮੈਨੂੰ ਤੇਰੇ ਨਾਲ ਵਧੀਆ ਫੋਨ ਹੈ, ਆਈਫੋਨ 6 ਖੜੋ। ਗੁਰੂ ਘਰ ਸਾਹਮਣੇ ਖੜੇ, ਹੱਥ ਜੋੜ ਹੱਥ ਜੋੜ। ਸਮਾਈਲ ਪਲੀਜ਼, ਇੱਕ ਹੋਰ ਸਮਾਈਲ। ਲੈ ਲਿਆ ਲੈਟਰੀ, ਫੇਸਬੁੱਕ ਤੇ ਪਾਵਾਂਗੇ। ਓਏ ਕਮ ਔਨ ਮੈਨ, ਇਟਸ ਟਾਈਮ ਫਾਰ ਸਨੈਪਚੈਟ ਐਂਡ ਇੰਸਟਾਗ੍ਰਾਮ, ਯੂ ਨੋ।
Come on, let's go. ਕੀ ਕਹਿ ਗਿਆ ਹੈ? ਅੰਗਰੇਜ਼ੀ ਥੈਂਕ ਯੂ ਕਰਕੇ ਗਿਆ ਹੈ। ਐਡਾ ਵੱਡਾ? ਹਾਂ। ਚਾਹ ਪੱਤੀ ਠੋਕ ਕੇ ਤੇ ਮਿੱਠਾ ਯਾਰੋ ਰੋਕ ਕੇ। ਕਿਆ ਬਾਤ ਹੈ? ਉਹ ਜਿਹੜਾ ਸਾਡੀ ਬੀਹ ਵਿੱਚ ਦੇਵੀ ਨਾ ਤੂੰ ਹੋਕਾ। ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਕਮੀਆਂ ਦੇ ਵੇੜੇ। ਓ ਜੀ ਸੱਪ ਸਾਹਿਬ ਚਾਹ। ਓ ਬੰਦਾ ਬਣ ਜਾ ਤੂੰ ਹੈਂਗਰਾ। ਕੀ ਹੋਇਆ? ਦੋ ਦੋ ਗਾਲਾਂ ਨਾ ਕੱਢ। ਨਾਲੇ ਸੱਪ ਤੇ ਨਾਲੇ ਸਾਹਿਬ। ਅੱਛਾ ਲਓ ਜੀ, ਅੱਜ ਤੋਂ ਬਾਅਦ ਇੱਕ ਹੋਰ ਫੈਸਲਾ ਵੀ ਆਪਾਂ ਇਹਨਾਂ ਦਾ ਸਹੀ ਨਾਂ ਲਿਆ ਕਰਨਾ, ਸੱਪ ਨਹੀਂ ਕਹਿਣਾ। ਕੀ ਨਾਂ ਜੀ ਅਸਲੀ ਤੁਹਾਡਾ? ਨਾਗਰਾਜ। ਇਹਦੇ ਨਾਲੋਂ ਫਿਰ ਪਹਿਲਾਂ ਠੀਕ ਨਹੀਂ ਸੀ ਜ਼ਿਆਦਾ? ਉਹ ਕਿਵੇਂ ਬਈ? ਕੀ ਹਾਲ ਆ ਗਿਆ ਪਾਲ ਸਿੰਘ? ਠੀਕ ਠਾਕ ਜੀ, ਕਿਰਪਾ ਜੀ ਵਾਹਿਗੁਰੂ ਜੀ। ਚਲੀਏ ਫਿਰ ਬਾਪੂ। ਇੱਕ ਮਿੰਟ, ਕਿੱਥੇ ਜਾਣਾ? ਲੈ ਜੀ ਬਾਪੂ ਨੂੰ ਬਹਿਲਾ ਸਾਡੇ ਕੋਲ ਵੀ ਮਿੱਤਰਾ। ਅੱਜ ਤਾਂ ਜੀ ਆਪਾਂ ਅੱਗੇ ਪਾਲ ਕੋਲੋਂ ਗਾਉਣ ਸੁਣਨਾ। ਇੱਥੇ ਗਾਏਗਾ ਤਾਂ ਅੱਗੇ ਜਾਏਗਾ ਜਵਾਨਾ। ਆਪਾਂ ਯੂਟਿਊਬ ਤੇ ਤੇਰਾ ਗਾਣਾ ਅੱਜ ਹੀ ਰਿਕਾਰਡ ਕਰਕੇ ਪਾ ਦੇਣਾ। ਵੇਖੀ ਮੇਰਾ ਵੀਰ ਸਟਾਰ ਬਣਦਾ। ਇੱਥੇ ਰੱਖ, ਲੈ ਵੀ ਮੇਰਾ ਪੁੱਛ ਜਾ। ਐ ਕਰ ਉਹ ਗਾਣਾ ਸਿੱਟ ਜਿਹੜਾ ਤੂੰ ਕਹਿੰਦਾ ਨਹੀਂ ਹੁੰਦਾ ਉਹ ਬਈ ਗੰਦ ਮੰਦ ਨਾਲ ਨਹੀਂ ਮੋਬਾਈਲ ਭਰੀਦਾ। ਹਲ ਵੜ ਕੇ ਨਾ ਬਾਪੂ ਬੇਟੀ ਕਰ। ਆ ਚੱਕ ਕਰ, ਲੈ ਆ ਫੜ ਲਈ। ਸ਼ਾਬਾਸ਼ ਆ ਗਈ ਬਾਬਾ ਜੀ। ਕੀ ਬਾਤ ਹੈ? ਸ਼ਾਜਾ ਚੱਕ ਦੇ ਫੱਟੇ ਚੱਕ ਦੇ ਚੱਕ ਦੇ। ਲਓ ਜੀ ਰੱਬ ਸੁਖ ਰੱਖੇ। ਹਾਂਜੀ ਸਤਿ ਸ੍ਰੀ ਅਕਾਲ ਜੀ। ਖੜ ਜਾ ਇੱਕ ਮਿੰਟ। ਮੈਂ ਤੁਹਾਡੇ ਸਾਰਿਆਂ ਦਾ ਹਰਮਨ ਪਿਆਰਾ ਆਸੀ ਸੋਹੀ ਤੇ ਅੱਜ ਮੈਂ ਜੋ ਵੀ ਨਹੀਂ ਹਾਂ ਜੀ ਸਿਰਫ ਤੇ ਸਿਰਫ ਆਪਣੇ ਸਤਿਕਾਰਯੋਗ ਪੂਜਨੀਏ ਪਿਤਾ ਜੀ ਕਰਕੇ ਨਹੀਂ ਹਾਂ ਜੀ। ਹੱਸਦਾ ਬਾਪੂ ਯਾਰ ਚੌੜ ਕਰਦਾ। ਹੋ ਬੈਲੀਆਂ ਦੀ ਧੀ ਨਾ ਨਿਯਾਰੀ ਲਈ ਦੀ ਸੱਥ ਵਿੱਚ ਖੜ ਜੇਦ ਨਹੀਂ ਪਗਾਈ ਦੀ ਕਦੇ ਨਾ ਗਵਾਹੀ ਭਰੀਏ ਹੋ ਸਕਿਆ ਖਿਲਾਫ ਨੀ ਮੈਂ ਹੱਥ ਬੁਣੀ ਦੀ ਕਾਮਾ ਵਾਲੀ ਕਦੇ ਨੀ ਪੰਚਾਇਤ ਚੁਣੀ ਦੀ ਵਿੱਚ ਕੇ ਜ਼ਮੀਰਾਂ ਨੀ ਪੰਚਾਇਤ ਚੁਣੀ ਦੀ ਕਾਮਾ ਵਾਲੀ ਕਦੇ ਨੀ ਪੰਚਾਇਤ ਚੁਣੀ ਦੀ ਥੈਂਕ ਯੂ ਵਾਹਿਗੁਰੂ ਜੀ।
बल्ले भी लाटरी कमाल करती यार। है कमाल तो तुसी कीती है सर, जड़ा इस लाटरी दी लाटरी कटती और तुसी भले मानस बंदे कहती क्यों बने हो। मैं भी किसी का गुनाहगार हाँ लाटरी जी। चलो बच्चो चलो भाई अगली गेम खेडिए हुण आपां। चुप 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 चुप। लो जी फिर आज तो चलो भी बच्चे हुण आज दा विचार ठीक है। ठीक है जी। गुरु दे प्यारे इक ने सारे बहाने करना डर के हारना औखा की है सौखा करना सौखा की है औखा करना कह गए बाबा नानक बाणी रच आज सच जुगाद सच 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 आज सच जुगाद सच। मम्मी मिठू तेरे डैडी ने नहीं आना कद नहीं आना। नहीं मम्मी आनगे मेरे डैडी पक्का आनगे। हौसला रख हौसला रखती है सियाणी बन। सियाणी बन के सुख नू भेजिया से की मिलिया मेनू। सूबेदार साहब की होया। बस डीसी ऑफिस गए सिगे उत्थे इराक तो जड़ियां लिस्ट आई हैं ना उन विच किते भी सुखी दा ना नहीं है। ले बिंदर पहने फेर क्यों घबराउनी है हैं उम्मीद नहीं छड़ी दी हुंदी। मास्टर जी आज एक लड़का मिलया सिगा सुखी दे नाल दा ओ कल ही वापस मुड़िया रोलता खुलता जिया कहना छे महीने पहला मैं सुखी टू मिलिया सीगा हालत कुछ ठीक जी नहीं सी। मास्टर जी वो लड़का कहना कि फालतू उम्मीद की कोई लोड़ नहीं है। मैं वाहगुरु जी ना गल नहीं करनी। ऐ नहीं कहीदा हुंदा पुत वाहगुरु नु थोड़ा ऐ कहीदा वाहगुरु सब ठीक करनगे। पापा तुहानू तो आना ही पैना वाहगुरु जी तुहानू भी पापा नू भेजना ही पैना। मिठू इहदे सहारे जीवां मैं मेरा नहीं जी करदा जीवन। ओ लंगिया लाला बस आई गया जी। चलो तुसी हुकम करो मैं अपनी दुकानदारी भी सामनी है जाके। अच्छा हो हाँ जी 13 फरवरी वाला जड़ा संगीत वाला प्रोग्राम सी आपां इत्थे करता 7 बचन 14 ਨੂੰ ਵਿਆਹ ਵਾਲਾ ਪ੍ਰੋਗਰਾਮ ਹੈ ਕਿਸੇ ਹੋਰ ਨੂੰ ਕਿਹਾ ਹੋਇਆ ਤੇਰੇ ਵਸ ਦਾ ਕੰਮ ਨਹੀਂ ਹੈ। ਓਹ ਜੀ ਵਧਿਆ ਘਰ ਦੀਆਂ ਵਧੀਆਂ ਮਿਰਚਾਂ ਗੁੱਸਾ ਨਾ ਕਰਿਓ ਗੱਲ ਦਾ ਇੱਕ। ਅੱਛਾ ਮੈਂ ਤੈਨੂੰ ਆਸੀ ਤੋਂ ਬਿਨਾ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ ਮਨ ਤੇ। ਚੱਲ ਮੈਂ ਤੈਨੂੰ ਪੈਸਾ ਦਵਾਂ ਕੋਈ ਪੈਸਾ ਦਾ ਕੀ ਆ ਬਸ ਤੁਸੀਂ 100,000 ਰੁਪਈਆ ਦੇ ਦਿਓ ਤੋ ਆਪਣੀ ਦਾ ਘਰ ਦੀ ਗੱਲ ਹੈ ਚਲੋ 50,000 ਹੀ ਦੇ ਦਿਓ। ਚਲੋ ਆਜਾ ਆਜਾ ਪਿੰਕੂ ਪਿੰਕੂ ਪਿੰਕੂ
ਪਿੰਕੂ ਕੀ ਹੋਇਆ ਮੁੰਡੇ ਨੂੰ ਪਾਣੀ ਲੈ ਕੇ ਆਵਾਂ ਪਿੰਕੂ ਪਿੰਕੂ ਕੀ ਹੋਇਆ ਇਹਨੂੰ ਬੇਟਾ ਪਿੰਕੂ ਤੂੰ ਫਿਕਰ ਨਾ ਕਰ ਪੁੱਤ ਕਹਿੰਦਾ ਮੈਂ ਜੀ ਕੋਈ ਚਿਮਟਾ ਮਸਾਇਆਂ ਦਾ ਓ ਚੱਲ ਦਿਲਾ ਟੁਰ ਚੱਲੀਏ ਵੇ ਕੋਈ ਕਦਰ ਨਹੀਂ ਆਂਦਾ ਓਏ ਅਸੀ ਆ ਗੱਲਬਾਤ ਤੇਰੀ ਟੁੱਟੀ ਆ ਸੈਡ ਸੌਂਗ ਮੈਂ ਸੁਣੀ ਜਾਂਦਾ ਵਾਸੀ ਓ ਦੇਖੋ ਓ ਆਪਣੀ ਇਨਸਪੀਰੇਸ਼ਨ ਤੁਰੀ ਆਉਂਦੀ ਹੈ ਓ ਸੇਠਾ ਹਾਂਜੀ ਓ ਕਿਵੇਂ ਆ ਬੋਲਦਾ ਮੈਂ ਕਿਹਾ ਕਿੱਧਰੋਂ ਇੱਧਰੋਂ ਪੈਦਲ ਹੀ ਓ ਮੈਂ ਤਾਂ ਨਾਲ ਦੇ ਪਿੰਡ ਕੰਮ ਗਿਆ ਸੀ ਰਸਤੇ ਚ ਪੈ ਗਿਆ ਜੰਗਲ ਪਾਣੀ ਦਾ ਜੋਰ ਮਹਾਂ ਜਾਨ ਲੱਗਦਾ ਤੇ ਵੀ ਕੰਮ ਨੂੰ ਫੇਰ ਦਈਏ ਲੱਗਦਾ ਵੱਡਾ ਹੀ ਸੌਦਾ ਮਾਰ ਗਿਆ ਹੈ ਉਹ ਸੋਹੀ ਸਾਹਿਬ ਤੂੰ ਤਾਂ ਪੱਤਰਕਾਰ ਵਾਂਗੂ ਸਵਾਲ ਤੇ ਸਵਾਲ ਵਾਹੀ ਤੂੰ ਆਉਂਦਾ ਲੈ ਜੇ ਫਿਰ ਪੁੱਛਣਾ ਹੀ ਚਾਹੁੰਦਾ ਤਾਂ ਪੁੱਛ ਆਹ ਸ਼ਮਸ਼ੇਰ ਦਾ ਮੁੰਡਾ ਪਿੰਕੂ ਹੈ ਜਿਹੜਾ ਲੁੜਕ ਗਿਆ ਸੀ ਅੱਜ ਨਾਲੇ ਇਹ ਰੌਂਗ ਨੰਬਰ ਪਹਿਲੀ ਵਾਰ ਨਹੀਂ ਲੱਗਿਆ ਪਹਿਲਾਂ ਵੀ ਕਈ ਵਾਰ ਹਸਪਤਾਲ ਦੀ ਯਾਤਰਾ ਕਰ ਚੁੱਕਿਆ ਸ਼ਮਸ਼ੇਰ ਦੇ ਲਾਲਲੇ ਨੂੰ ਅੱਜ ਕੱਲ੍ਹ ਨਸ਼ਿਆਂ ਦੀ ਮਸ਼ਹੂਰ ਹੱਟੀ ਨਾਲ ਮਿਲਾਉਂਦੇ ਨੇ ਲੋਕ ਨਾਲੇ ਇੱਕ ਹੋਰ ਪਤੇ ਦੀ ਗੱਲ ਦੱਸਾਂ ਫਿਰ ਆਖੇਗਾ ਦੱਸਿਆ ਨਹੀਂ ਸ਼ਮਸ਼ੇਰ ਨੇ ਆਪਣੀ ਕੁੜੀ ਦਾ ਵਿਆਹ ਪੱਕਾ ਕਰਤਾ 13 ਤਰੀਕ ਵਾਲੇ ਪ੍ਰੋਗਰਾਮ ਤੇ ਮੈਨੂੰ ਹਲਵਾਈ ਦੇ ਤੌਰ ਤੇ ਬੁੱਕ ਕੀਤਾ ਤੇ 14 ਤਰੀਕ ਨੂੰ ਕੁੜੀ ਦਾ ਵਿਆਹ ਹੈ ਤੂੰ ਨਾ ਗੱਡਾ ਮੈਂ ਲੱਗਦਾ ਹੁਣ ਤਾਂ ਤੁਹਾਡਾ ਗੱਡਾ ਗਾਰ ਚ ਹੀ ਫਸ ਗਿਆ ਗੁੱਸਾ ਨਾ ਕਰਿਓ ਹੁਣ ਗੱਲਦਾ ਇੱਕ ਇਹ ਕਾਹਦੇ ਲਈ ਅੱਜ 14 ਫਰਵਰੀ ਆ ਵੈਲੈਂਟਾਈਨਸ ਡੇ ਪਿਆਰ ਕਰਨ ਵਾਲਿਆਂ ਦਾ ਦਿਨ ਅੱਛਾ ਸੌਂ ਜੱਟ ਨੂੰ ਪਿਆਰ ਕਰਨ ਵਾਲੇ ਦਿਨ ਦੀ ਗਾਹਲੀ 14 ਫਰਵਰੀ ਨੂੰ ਜੱਟ ਬਰਾਤ ਲੈ ਕੇ ਆਊਗਾ ਤੇਰੇ ਘਰੇ ਵੇ ਸਜਣਾ ਪਿਆਰਿਆਂ ਛੱਡ ਕੇ ਨਹੀਂ ਜਾਈਦਾ ਜਾਨ ਤੋਂ ਪਿਆਰਿਆਂ ਦਗਾ ਨਹੀਂ ਕਮਾਈਦਾ ਕੋਈ ਪੈਰੀ ਦਿਲ ਵਿਛਾਉਂਦਾ ਹੋਵੇ ਕੋਈ ਸਾਹੋਂ ਵੱਧ ਕੇ ਚਾਹੁੰਦਾ ਹੋਵੇ ਕੋਈ ਪੈਰੀ ਦਿਲ ਵਿਛਾਉਂਦਾ ਹੋਵੇ ਸਾਹੋਂ ਵੱਧ ਕੇ ਚਾਹੁੰਦਾ ਹੋਵੇ ਉਹਨੂੰ ਠੇਡਾ ਨਹੀਂ ਮਾਰੀਦਾ ਹੈ ਠੇਡਾ ਨਹੀਂ ਮਾਰੀਦਾ ਸੱਚ ਰੱਬ ਤੋਂ ਡਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ ਆਕੜ ਜਰਦਾ ਏ ਕਦੇ ਗੌਰ ਨਾਲ ਤੂੰ ਸੋਚੀ ਵੇ ਜੁਦਾ ਹੋਣ ਤੋਂ ਡਰਦਾ ਏ ਜੁਦਾ ਹੋਣ ਤੋਂ ਡਰਦਾ ਏ ਕੋਈ ਦਿਲ ਵਿੱਚ ਹੋ ਕੇ ਦੱਬ ਕੇ ਜੇ ਤੇਰੀ ਆਕੜ ਜਰਦਾ ਏ ਕਦੇ ਗੌਰ ਨਾਲ ਤੂੰ ਸੋਚੀ ਵੇ ਜੁਦਾ ਹੋਣ ਤੋਂ ਡਰਦਾ ਏ ਜਿਹੜਾ ਹੱਸ ਹੱਸ ਜਰਦਾ ਹੋਵੇ ਹਏ ਹੱਸ
प्यार आवे ऐदा नहीं करीदा वे जान तो प्यार आवे ऐदा नहीं करीदा वे जान तो प्यार आवे ऐदा नहीं करीदा। इस साले दो दिन पहला ट्रैक्टर लेके गए ने ओए आग ते ही रोहन डजा बना ले जाना हो तेरी स्पीड रिकॉर्ड वाली अट दी मोटर ते वाह भाई वाह। शगन दे तौर ते आ लो गड्डी दी चाबी पर 3 साल दा कॉन्ट्रैक्ट साइन करना पैना मेरे वीर। तुसी साइन दसो किथे करने जी पर की गड्डियां नाल जरूरी इक होर चीज भी है जी जो चाहिए दसो जनाब दस दिने जी पहला स्पीड रिकॉर्ड वाले पहले ऑटोग्राफ तो दे लिए सरदार दलेर सिंह सोही दे दोनों पुत्र हाजिर हो लो जी बधाइयां असी दे बेबे ते बापू मतबल मतलब ए जी के कार भी थोड़ी है ते ट्रैक्टर ता थोड़ा है ही ओ, की हो गया चाची ला भी आसीसियां लड्डू खवाउण दा वेला आया ते चाची दवाई खाण वाली होगी ता ही जट्टां दी लाटरी नहीं निकलती कदे मैं ट्रैक्टर ते गड़ा लाके हो रहा है कदे हूं करके कदे हां करके केड़ा दे दे ओ तू बापू लम्मी बा करके केड़ा दे दे ओ लोग ता चिट्टे दुध दा व्यापार बेईमानी नाल करदे ने मैं चिट्टे दा व्यापार किवें ईमानदारी नाल कर लो नाले आपा किड़ा किसे दे ती पुत नू तक्के नाल नशे ते लाईदा है हुण जे कोई चट्टा खाऊ मरवी किड़ा अमर हो जू। अच्छा गल सुन पिंकू अद्धे घंटे च तेरे कोले डिलीवरी लैके पहुंच रहा है उहदा काम सिर्फ तेरे तक पहुंचाउणा है अगे जिम्मेवारी तेरी है असमान साहब ओए बिकू तेरा दो नंबर का धंधा ते आ जुल्म खून दे हंजू रुआ तेन पिंड च पूरा इज्जत नहीं रही मेरे वर्गे सन बंदे यह जा कम कर सकते ने तेरे पिंड की खस्सी जनता सिर्फ गल्ला कर सकती है ते तू केड़ी इज्जत दिया गल्ला करता है ओए मेरे व्याह ते पिंड दा पंच नहीं सी सद होया ते तो जिद्दन तू मरेगा ना सीएम आऊगा सीएम मर्जी अगे आप कुछ नहीं कर सकते मैं मारता मैं मारे आप
ਲੋਕਾਂ ਨੂੰ ਨਸ਼ਾ ਵੇਚਦਾ, ਉਹੀ ਨਸ਼ਾ ਮੇਰੇ ਪੁੱਤ ਨੂੰ ਖਾ ਗਿਆ। ਨਸ਼ਾ ਮੇਰੇ ਪੁੱਤ ਨੂੰ ਖਾ ਗਿਆ, ਮੈਂ ਮਾਰਿਆ ਆਪਣੇ ਪੁੱਤ ਨੂੰ। ना जी ना, गुरमुख ना जी ना। हाँ जी, हाँ मैं तेरा गुनाहगार, मैं तुहाडा दोहां दा कतल कीता, तेरा भी ते अपनी बच्ची दा भी। मैं कल्ले ने नहीं रहना बाणी, हुण मैं भी तुहाडे दोहां कोल आउणा चाहुंदा। वाह जी प्यारे हो, परमात्मा दे दित्ते हुए जिंदगी रूपी तोहफे नूं बिना वरते ही खत्म करन लगे हो। मैं गुरमुख, मैं किते नहीं गई, मैं थोड़े अंदर जूंदी हाँ। यूं मर के मैनू ना मारो, जो होया वो वाहेगुरु जी की मर्जी सी। हुक्मे अंदर सबको, बाहर हुक्म ना कोई। गुरमुख जीना सीखो ते जीना सिखाओ, अपनी चुप नू तोड़ो, मेरे परशामे नू ना फड़ो, सगों पानी दी आत्मा नू पछाणो, रूहानी बाणी ते लड़ लगो। लगोंगे ना? ਫਕੀਰਾ ਤੇਰੀ ਤੇਰੀਆਂ ਤੂੰਓ ਜਾਣੇ ਵੇ
वावा रमज फकीरा तेरी तेरिया तुयो जाने वावा रमज फकीरा तेरी तेरिया तुयो जाने मैं बहुत चरमाता है, मैं रो पड़ा, तेरे चंगा नहीं लगना। वावा रम्ज फकीरा तेरी तेरियां तू ही ओ जाने बिना दंदा छलिया च भलाते वाहिगुरु ने इथे रख। हाँ जी, 14 फरवरी नू आख्या पाल सिंह बरात लैके जा रहा है, थोनू अज तो ही चुल्हे ने आंदा है। ओ बल्ले ओ शेरा बल्ले। फकीरा तेरी तेरिया तू ही ओ जाने वावा रम्ज फकीरा तेरी तेरिया तू ही ओ जाने सप तू आ सारी जलेबियां खा जाएगा ओए ले जलेबियां दी की गल करदे आ ਤੁਸੀਂ ਛੱਡ ਕੇ ਵੇਖੋ ਹੁਣ ਇਹ ਕੜਾਏ ਚ ਮੂੰਹ ਪਾ ਲੇਗਾ। ਸਹੀ ਗੱਲ ਹੈ, ਪਾ ਕੜਾਏ ਚ ਮੂੰਹ, ਮੈਂ ਖਿੱਚੂ ਤੇਰੀ ਫੋਟੋ ਖਿੱਚ ਲਈਓ ਫਿਰ ਤੁਹਾਨੂੰ ਫੇਸਬੁੱਕ ਤੇ ਪਾਉਣੀ ਪਊਗੀ। ਅੱਛਾ ਇਹ ਦੱਸੋ ਫਿਰ ਸਟੇਟਸ ਕੀ ਪਾਉਂਗੇ? ਇਹ ਤਾਂ ਅੱਜ ਫਿਰ ਮਾਸਟਰ ਜੀ ਡਿਸਾਈਡ ਕਰਨਗੇ ਵੀ ਹਾਂ। ਦੱਸੋ ਦੇਖੋ ਜੀ, ਜੇ ਤਾਂ ਕੜਾਏ ਦੇ ਵਿੱਚ ਮੂੰਹ ਪਾ ਕੇ ਜਲੇਬੀਆਂ ਖਾਓਗੇ ਹਾਂਜੀ, ਫਿਰ ਤਾਂ ਸਟੇਟਸ ਇੱਕੋ ਹੀ ਬਣਦਾ, ਕੁੱਤੇ ਖਾਣ ਜਲੇਬੀਆਂ। ਨੱਚਣ ਵਾਲੇ ਪੁੱਛ ਲੈਣੇ, ਮਤਲਬ ਨੱਚ ਤਾਂ ਸਕਦੀ, ਪਿਆਰ ਨਾ ਗਿੱਧੇ ਬਿਨਾਂ ਤੁਹਾਡੇ ਤੋਂ ਵਿਆਹ ਨੀ ਦੇਖਿਆ ਜਾਂਦਾ, ਬੰਦੇ ਬਣ ਕੇ ਵਿਆਹ ਦੇਖੋ। ਮੈਂ ਵੈਸੇ ਹੀ ਵੇਖਿਆ ਲਾਟਰੀ ਸਭ ਤੁਹਾਡੇ ਵੱਲ, ਭਾਈ ਵਿਆਹ ਤੇ ਨੀ ਨੱਚਣਾ ਫੇਰ ਕਦੋਂ ਨੱਚੋਗੇ? ਪਤਾ ਤੁਹਾਨੂੰ ਲਾਊਡ ਮਿਊਜ਼ਿਕ ਡਿਸਪਲਨ ਤੰਗ ਕਰਦਾ ਹੈ। ਬੇਵਕੂਫ ਕਿਸੇ ਥਾਂ ਦੇ ਕਿਹੋ ਜਿਹੇ ਗਾਣੇ ਵਜਾ ਰਹੇ ਹੈ? ਐਡਾ ਸ਼ੁਭ ਮੌਕਾ ਹੈ, ਉਹ ਗਾਣਾ ਵਜਾ। ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ। ਹਾਂਜੀ 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 ਕੀ ਹਾਂਜੀ ਹਾਂਜੀ ਤੂੰ ਐ ਦੱਸ ਕੀ ਦਊਂਗਾ? ਆਪਣਾ 7,00,000 ਰੁਪਏ ਜੀ। ਹੈ ਸਵਾ ਲੱਖ? ਲੱਖ ਦੇ ਹੋ ਗਏ ਵੇ,
ਮਾਰਨੀ ਹੈ ਭਰਜਾਈ ਮਜ਼ਾਕ ਕਰਕੇ ਮੈਂ ਕੀ ਕਿਹਾ ਆ ਤੂੰ ਕਿਹਾ ਨੀ 1.25 ਲੱਖ ਦਊਂਗਾ ਮੈਂ ਵਿਆਹ ਦਾ ਪ੍ਰੋਗਰਾਮ ਬੁੱਕ ਕਰਦਾ ਸੀ ਯਾਰ ਵੱਡਿਆ ਕਮੰਤਰੀ ਆ ਪਹਿਲਾਂ ਆਪਦਾ ਵਿਆਹ ਤਾਂ ਕਰਾ ਲੈ ਤੂੰ ਕਿੱਥੇ ਕੁੰਡਲੀ ਮਾਰੀ ਬੈਠਾ ਇਹ ਤੇਰੀ ਪੁਟਾਰੀ ਨੀ ਮੇਰਾ ਪੁੱਤ ਹੈ ਉਹ ਬੰਦਿਆਂ ਵਾਂਗੂ ਬੈਠ ਉਹ ਕੋਈ ਨੀ ਬਾਈ ਮੈਂ ਕਰਦਾ ਇਹਦਾ ਜ਼ਹਿਰ ਓਏ ਬੇਅਦਬ ਸਨੇਕ ਬੰਦਾ ਬਣ ਬੇਬੇ ਹਾਂ ਹਾਂ ਓ ਯਾਰ ਉਹ ਜਦੋਂ ਰਿਬਨ ਜਾ ਕੱਟਦੇ ਆ ਸਾਲੀਆਂ ਨੂੰ ਕਿੰਨੇ ਪੈਸੇ ਦੇਣੇ ਆ ਪੁੱਤ ਤੇਰੇ ਬਾਪੂ ਨੇ ਤਾਂ ਤੇਰੀਆਂ ਮਾਸੀਆਂ ਨੂੰ 100 ਰੁਪਿਆ ਦਿੱਤਾ ਸੀ ਓਏ ਬਾਪੂ ਪੰਜਵੀਂ ਫੇਲ ਹੈ ਮੈਂ ਅੱਧੀ ਬੀਏ ਕਰੀ ਬੈਠਾ ਨਾਲੇ ਮੈਂ ਮੌਜੂਦਾ ਕਲਾਕਾਰ ਹਾਂ ਤੂੰ ਮੇਰੇ ਪੁੱਤ 151 ਰੁਪਿਆ ਦੇ ਦੀ ਹੈ ਓਏ ਰਿਬਨ ਕਟਾਈ ਦੇਣੀ ਹੈ ਬੇਬੇ ਕੋਈ ਟੂਲ ਪਲਾਈ ਦੀ ਪਰਚੀ ਥੋੜੀ ਕਟਾਉਣੀ ਹੈ ਜੋ ਦਿਲ ਚੱਲ ਬੈਠ ਬੈਠ ਤੁਸੀਂ ਅੱਜ ਆਪਣੀ ਮੱਝ ਤੇ ਆ ਜਾਂਦੇ ਆ ਸੂਬੇਦਾਰ ਸਾਹਿਬ ਜੇ ਮੈਂ ਤੁਹਾਡਾ ਟੈਂਕ ਦੇਖ ਲੈਂਦਾ ਮੱਝ ਛੱਡ ਮੈਂ ਝੋਟੇ ਤੇ ਆ ਜਾਣਾ ਸੀ ਕੀ ਬਾਤ ਹੈ ਜੀ ਵੈਸੇ ਤੁਹਾਡੀ ਮੱਝ ਨੂੰ ਤਾਂ 4-5 ਵਾਰੀ ਅੜਿੰਗਦਿਆਂ ਸੁਣਿਆ ਸੀ ਮੈਂ ਆਪ ਜੀ ਨੂੰ ਬੋਲਦਿਆਂ ਅੱਜ ਪਹਿਲੀ ਵਾਰੀ ਸੁਣਿਆ ਰੌਣਕ ਸਿੰਘ ਨਾਂ ਹੈ ਮੇਰਾ ਹੇ ਦੋਤੀ ਹੈ ਮੇਰੀ ਜੋਤੀ ਬਸ ਕੁਝ ਸਮੇਂ ਲਈ ਇਹਦੀ ਚੁੱਪ ਨੇ ਮੈਨੂੰ ਵੀ ਗੂੰਗਾ ਕਰਤਾ ਸੀ ਅੱਛਾ ਜੀ ਇਹਦਾ ਮਤਲਬ ਜੋਤੀ ਆਪ ਜੀ ਦੇ ਬਾਗ ਦਾ ਫੁੱਲ ਹੈ ਹਾਂ ਆਪਣੇ ਬਾਗ ਦਾ ਫੁੱਲ ਹੈ ਪਰ ਇਹਦੀ ਮਾਲਣ ਮੇਰੀ ਧੀ ਕੈਂਸਰ ਦੇ ਰੋਗ ਨੇ ਖਾ ਲਈ ਇਹਦੇ ਦਾਦਕੇ ਛੋਟੀ ਜੀ ਸੀ ਬੇਚਾਰੀ ਜਦੋਂ ਮੇਰੇ ਕੋਲ ਛੱਡ ਗਏ ਹੁਣ ਨਾਨਕਿਆਂ ਨੇ ਤਾਂ ਆਪਣੀਆਂ ਧੀਆਂ ਦੇ ਫਰਜ਼ ਨਿਭਾਉਣੇ ਹੀ ਨੇ ਛੜੇ ਛੁੜੇ ਵਾਲੀ ਗੱਲ ਗਈ ਵੀਰੇ ਲਾਟਰੀ ਨੂੰ ਸਾਕ ਕਰਾਉਣ ਲੱਗਿਆ ਮੈਂ ਆਪਦੀ ਸਾਲੀ ਦਾ 51,000 ਰੁਪਇਆ ਲੱਗੂ ਪਰ ਮੈਂ ਤਾਂ ਦਰਵਾਈ ਹਾਂ ਯਾਰ ਉਹ ਵੀਰੇ ਬਾਈ ਨੂੰ ਸਿਰਫ ਮੁਫਤ ਚਾਹ ਪਿਆਈ ਜਾ ਸਕਦੀ ਹੈ ਸਾਡੂ ਦੀ ਫੀਸ ਨਹੀਂ ਮਾਫ ਕੀਤੀ ਜਾ ਸਕਦੀ ਉਹ ਮੈਂ ਹੋਵਾਂਗਾ ਨਾ ਉਹ ਸੋਹੀ ਸਾਹਿਬ ਉਹ ਸ਼ੇਈ ਦਿਨ ਬਰਾਤ ਨੂੰ ਤੁਰ ਲੋ ਕਿਤੋਂ ਜਾਂਦਿਆਂ ਨੂੰ ਪਤਾ ਉੜਨਾ ਖਤਮ ਹੋ ਜਾਣਾ ਓਏ ਤੁਸੀਂ ਇੱਥੇ ਕਿਹੜੇ ਜਾਬਾਂ ਦਾ ਪਿੜ ਕਰੀ ਜਾਓਗੇ ਉਹ ਤੁਹਾਡੇ ਵੀਰੇ ਦਾ ਵਿਆਹ ਹੈ ਗੋਡੇ ਦੁਖਦੇ ਤੁਹਾਡੇ ਲੱਗ ਨੇ ਚੁੱਪ ਉਹ ਲਓ ਫਿਰ ਜਿਹੜੀ ਕਹਿੰਦਾ ਲੰਕਾ ਤੋਂ ਡਰਦੀ ਹੁੰਦੀ ਆ ਤੂੰ ਕਚਮੀਲੇ ਵਾਲੀ ਚਮਕੀਲਾ ਹੁੰਦਾ ਹੈ
ਸ਼ਮਸ਼ੇਰ ਦੋਵੇਂ ਕਰਤੀ ਰਾਣੀ ਦੇ ਨੇ, ਜਦੋਂ ਇਹਦਾ ਚਿੱਤ ਕਰੂ ਗੇੜਾ ਮਾਰ ਜਾ ਕਰੂ। ਚਲੋ ਜੀ ਲਓ ਵਾਹਿਗੁਰੂ ਦਾ ਨਾਮ ਤੇ ਇਜਾਜ਼ਤ ਲਈਏ ਹੁਣ। ਮਾਸਟਰ ਜੀ ਏਦਾਂ ਨੀ, ਇਹ ਆ ਲਓ ਆ ਭਰੋ ਮੁੱਠ। ਨਹੀਂ 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 ਸੋਹੀ ਸਾਹਿਬ, ਅੱਜ ਦਾ ਦਿਨ ਸਿਰਫ ਤੁਹਾਡਾ ਹੱਕ ਬਣਦਾ ਜੀ। ਨਾ 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 ਨਾ, ਜ਼ਿੰਦਗੀ ਦੇਣ ਵਾਲੇ ਨਾਲੋਂ ਨਾ ਜ਼ਿੰਦਗੀ ਪੜਾਉਣ ਵਾਲੇ ਦਾ ਹੱਕ ਪਹਿਲਾਂ। ਚਲੋ ਜੋ ਹੁਕਮ ਜੀ। ਬਾਬੇ ਨਾਨਕ ਦੀ ਬਾਣੀ ਤੇ ਅਰਦਾਸ ਗ੍ਰੇਟ ਹੈ ਸਰ। ਸੁਖੀ ਕਿਉਂ ਮੇਰਾ ਬੱਚਾ? ਮੇਰੇ ਬੱਚੇ ਕਿੱਥੇ ਸੀ ਤੂੰ? ਉਹ ਕਿੱਥੇ? ਮਾਸੀ, ਮਾਸੀ ਜੀ, ਮੈਂ ਉੱਥੋਂ ਮੁੜ ਕੇ ਆਇਆ ਜਿੱਥੇ ਮੌਤ ਵੀ ਹੈਰਾਨ ਨੂੰ ਵੀ ਇਹਨੂੰ ਕੱਟ ਕੇ ਕੌਣ ਲੈ ਗਿਆ। ਹਾਰ ਗਿਆ ਸੀ ਮੈਂ ਤਾਂ, ਪਰ ਤੁਹਾਡੀਆਂ ਸਭ ਦੀਆਂ ਅਰਦਾਸਾਂ ਜਿੱਤ ਗਈਆਂ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਹੁਣ ਖੁਸ਼ ਹੈ ਮੇਰੀ ਭੈਣ? ਹਾਂਜੀ ਵੀਰ। ਵਾਹ ਓਏ ਦਾਤਿਆ, ਅਸੀਂ ਤੁਹਾਨੂੰ ਲੈਣ ਆਏ ਸੀ, ਦਾਤੇ ਨੇ ਜਵਾਈ ਵੀ ਮੋੜਤਾ। ਲਓ ਹੁਣ ਦੇਖਦਾ ਕੌਣ ਨਹੀਂ ਨੱਚਦਾ। ਹਾਂਜੀ ਬੀਬੀ ਜੀ, ਸਤਿ ਸ਼੍ਰੀ ਅਕਾਲ। ਪੈਰੀ ਪੈਨਾ ਜੀ, ਭੁੱਲ ਹੀ ਗਿਆ ਗੁਰਬਖਾ, ਕਦ ਆਏਗਾ? ਭੁੱਲਿਆ ਕਿੱਥੇ ਜਾਂਦਾ ਬੀਜੀ, ਭੁੱਲੇ ਤਾਂ ਅਜੇ ਉਹ ਨਹੀਂ ਜਿਹੜੇ ਸਦਾ ਲਈ ਛੱਡ ਕੇ ਤੁਰ ਗਏ। ਮਾਫ ਕਰ ਦੇ ਪੁੱਤ ਮਾਂ ਨੂੰ, ਮਾਵਾਂ ਵੀ ਤਾਂ ਮਾਫ ਕਰਦੀਆਂ ਆਈਆਂ ਨੇ ਇੰਨੇ ਨਾਰਾਜ਼ਗੀ ਪੁੱਤ। ਬੀਬੀ ਜੀ, ਮੈਂ ਇੱਕ ਨਵੇਂ ਸਕੂਲ 'ਚ ਜੁਆਇਨ ਕਰਨਾ, ਜੁਆਇਨ ਕਰਕੇ ਫਿਰ ਦੇਖਦਾ। ਮਾਰਦਾ ਚੁੱਕ। ਤੇਰੀਆਂ ਭਤੀਜੀਆਂ ਯਾਦ ਕਰਦੀਆਂ ਨੇ ਪੁੱਤ, ਇਹ ਸਾਰੇ ਸਾਡੇ ਕੋਲ ਹੀ ਨੇ, ਮੈਂ ਲੈ ਕੇ ਆਈ ਆ। ਅੱਛਾ ਜੀ, ਠੀਕ ਹੈ ਵੀ ਜੀ, ਚਲੋ ਲਓ ਪਰੌਂਠੇ, ਫਿਰ ਪਹਿਲਾਂ ਆ ਕੇ ਤੁਹਾਨੂੰ ਹੀ ਜੁਆਇਨ ਕਰਦਾ। ਕਰਨੀ ਹੈ ਅਰਦਾਸ ਪਿਆਰਿਓ, ਕਿਸਮਤ ਆਪਣੀ ਆਪ ਸ਼ਿੰਗਾਰਿਓ, ਸੁੱਖ ਮੰਗੀਏ ਨਗਰ ਖੇੜੇ ਦੀ, ਦੁਖੀ ਨੂੰ ਦਈਏ ਸੁੱਖ, ਪਾਣੀ ਬਚਾਈਏ ਵਾਂਗ ਪੱਤ ਦੇ, ਪੁੱਤਾਂ ਵਾਂਗੂ ਰੁੱਖ। ਬਾਬੇ ਨਾਨਕ ਦੀ ਬਾਣੀ ਦੇ ਦਿਲ ਤੋਂ ਅਰਥ ਹੰਡਾਈਏ, ਧੀ ਨੂੰ ਮੰਦਾ ਬੋਲੀਏ ਨਾ, ਕਿਰਤ ਕਰ ਵੰਡ ਖਾਈਏ। ਤੁਹਾਡਾ ਪਿਆਰਾ ਗੁਰਮੁਖ ਸਿੰਘ। ਲੈ ਬਈ, ਅਸੀਂ ਹੁਣ ਆਪਾਂ ਸਾਰੇ ਜਾਣੇ ਮਿਲ ਕੇ ਆ ਮਾਸਟਰ ਜੀ ਦੀ ਲਿਖੀ ਹੋਈ ਅਰਦਾਸ ਦੇ ਨਾਲ ਇੱਕ ਸੈਲਫੀ ਖਿਚਾਈਏ, ਠੀਕ ਹੈ? ਫੇਸਬੁੱਕ ਤੇ ਪਾਵਾਂਗੇ। ਠੀਕ ਹੈ, ਠੀਕ ਹੈ, ਫੇਸਬੁੱਕ ਤੇ ਤਾਂ ਪਾਵਾਂਗੇ, ਸਟੇਟਸ ਕੀ ਲਿਖੇਗਾ? ਲਿਖੂੰਗਾ ਨਹੀਂ, ਲਿਖਾਂਗੇ ਮਿਸ ਯੂ ਮਾਸਟਰ ਜੀ। ਆਜੋ ਆਜੋ ਆਜੋ, ਇਹ ਮਹਿਜ ਤਸਵੀਰਾਂ ਨਹੀਂ ਹਨ, ਇਹ ਪੰਜਾਬ ਦੇ ਵਾਸੀ ਨੇ। ਕਦੀ ਇਹ ਘੇਰੇ ਸਨ 47 ਘੇਰੇ, ਕਦੀ 84 ਨੇ, ਅੱਜ ਇਹ ਘੇਰੇ ਖੁਦਕੁਸ਼ੀਆਂ ਨੇ, ਘੇਰੇ ਅੱਜ ਸਿਆਸਤ ਨੇ। ਜੁਗਨੀ ਮਾਹੀਆ ਗਾਵਣ ਵਾਲੇ
ਘੇਰੇ ਅੱਜ ਉਦਾਸੀ ਨੇ ਸੁਨੀਆਂ ਰਾਹਾਂ ਹਿੱਕ ਵਿੱਚ ਤਾਂ ਹਾਂ ਕੋਈ ਨਜ਼ਰ ਕਲੈਣੀ ਰੋਕੋਵੇ ਤਰਸ ਨਾ ਜਾਇਓ ਧੀ ਪੁੱਤਾਂ ਨੂੰ ਉਹ ਪੰਜਾਬ ਦੇ ਲੋਕੋਵੇ ਹੋਵੇ ਅਰਦਾਸ।